ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਬਾਇਓਲੋਜੀ ਵਿਦ ਗੁਰਲੀਨ ਦੇ ਅੰਦਰ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਵਰ ਕਰਾਂਗੇ ਚੈਪਟਰ ਲਿਵਿੰਗ ਵਰਲਡ ਦ ਪੈਂਡਿੰਗ ਪੋਰਸ਼ਨ। ਸੋ ਜੋ ਪਿਛਲੇ ਲੈਕਚਰ ਦੇ ਵਿੱਚ ਅਸੀਂ ਕਵਰ ਕੀਤਾ ਸੀਗਾ ਦੈਟ ਵਾਜ਼ ਅਪ ਟੂ ਸਿਸਟਮੈਟਿਕਸ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਉਸ ਤੋਂ ਅੱਗੇ ਕੰਟੀਨਿਊ ਕਰਾਂਗੇ। ਅੱਜ ਅਸੀਂ ਪੜ੍ਹਨ ਵਾਲੇ ਹਾਂ ਟੈਕਸੋਨੋਮਿਕਲ ਕੈਟੇਗਰੀਜ਼ ਅਤੇ ਟੈਕਸੋਨੋਮਿਕਲ ਇਡਸ। ਸੋ ਦੇਖਦੇ ਹਾਂ ਜੀ ਟੈਕਸੋਨੋਮਿਕਲ ਕੈਟੇਗਰੀਜ਼ ਕੀ ਹੁੰਦੀਆਂ ਨੇ। ਅਕਸਰ ਸਟੂਡੈਂਟਸ ਨੂੰ ਇਹ ਟੈਕਸੋਨੋਮਿਕਲ ਕੈਟੇਗਰੀਜ਼ ਜਿਹੜੀਆਂ ਨੇ ਉਹ ਯਾਦ ਕਰਨੀਆਂ ਬੜੀਆਂ ਮੁਸ਼ਕਿਲ ਲੱਗਦੀਆਂ ਨੇ। ਸੋ ਅੱਜ ਦੇ ਸੈਸ਼ਨ ਦੇ ਵਿੱਚ ਮੈਂ ਟਰਾਈ ਕਰੂੰਗੀ ਕਿ ਤੁਹਾਨੂੰ ਨਿਮੋਨਿਕਸ ਦੇ ਦਿੱਤੇ ਜਾਣ ਜਿਨ੍ਹਾਂ ਦੇ ਨਾਲ ਤੁਸੀਂ ਈਜ਼ੀਲੀ ਸਾਰੀਆਂ ਕੈਟੇਗਰੀਜ਼ ਨੂੰ ਯਾਦ ਕਰ ਸਕੋ ਅਤੇ ਤੁਸੀਂ ਵਿਦ ਐਗਜ਼ਾਮਪਲਸ ਯਾਦ ਕਰ ਸਕੋ। ਸੋ ਦੇਖਦੇ ਹਾਂ ਕੀ ਹੋਣਗੇ ਉਹ ਨਿਮੋਨਿਕਸ ਅਤੇ ਬਿਨਾਂ ਦੇਰ ਕਰੇ ਸ਼ੁਰੂ ਕਰਦੇ ਹਾਂ ਜੀ ਫਿਰ। ਸੋ ਜੇਕਰ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਕਲਾਸੀਫਿਕੇਸ਼ਨ ਦੀ ਤਾਂ ਕਲਾਸੀਫਿਕੇਸ਼ਨ ਕੀ ਹੈ? ਕਲਾਸੀਫਿਕੇਸ਼ਨ ਇੱਕ ਪ੍ਰੋਸੈਸ ਹੈ ਜਿਸ ਦੇ ਥਰੂ ਅਸੀਂ ਆਰਗੇਨਿਜ਼ਮਸ ਨੂੰ ਉਹਨਾਂ ਦੇ ਬਿਹੇਵੀਅਰਲ, ਜੈਨੇਟਿਕ ਅਤੇ ਡਿਵੈਲਪਮੈਂਟਲ ਵੇਰੀਏਸ਼ਨ ਦੇ ਬੇਸਿਸ ਦੇ ਉੱਪਰ ਕਲਾਸੀਫਾਈ ਕਰਦੇ ਸੀ ਵੱਖਰੀ ਵੱਖਰੀ ਕਲਾਸਿਸ ਦੇ ਅੰਦਰ। ਹੁਣ ਇੱਥੇ ਕੁਛ ਟਰਮਸ ਜਦੋਂ ਤੁਸੀਂ NCERT ਪੜ੍ਹਦੇ ਹੋ ਤਾਂ ਤੁਹਾਨੂੰ ਹਮੇਸ਼ਾ ਕਨਫਿਊਜ਼ ਕਰਦੀਆਂ ਨੇ। ਕਿਤੇ ਲਿਖਿਆ ਹੁੰਦਾ ਗਰੁੱਪ, ਕਿਤੇ ਲਿਖਿਆ ਹੁੰਦਾ ਕੈਟੇਗਰੀ, ਕਿਤੇ ਲਿਖਿਆ ਹੁੰਦਾ ਰੈਂਕ, ਕਿਤੇ ਲਿਖਿਆ ਹੁੰਦਾ ਟੈਕਸੋਨ। ਤੁਹਾਨੂੰ ਸਮਝ ਨਹੀਂ ਆਉਂਦਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਐਗਜ਼ੈਕਟ ਵਰਡ ਤੁਸੀਂ ਆਪਣੇ ਆਨਸਰ ਦੇ ਵਿੱਚ ਯੂਜ਼ ਕਰਨਾ। ਸੋ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੇਮ ਨੇ। ਸੋ ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਜਿਵੇਂ ਸਕੂਲ ਦੇ ਵਿੱਚ ਬਹੁਤ ਸਾਰੀਆਂ ਕਲਾਸਿਸ ਹੁੰਦੀਆਂ ਨੇ ਤਾਂ ਜੇਕਰ ਸਕੂਲ ਦੇ ਵਿੱਚ ਸਟੂਡੈਂਟਸ ਦੀ ਸਟਰੈਂਥ ਕਿਸੇ ਪਰਟੀਕੁਲਰ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਹੋਵੇ ਤਾਂ ਉਸ ਕਲਾਸ ਦੇ ਸੈਕਸ਼ਨਸ ਬਣਾ ਦਿੱਤੇ ਜਾਂਦੇ ਨੇ। ਸੋ ਸੈਕਸ਼ਨਸ ਦਾ ਮਤਲਬ ਇਹ ਥੋੜ੍ਹੀ ਨਾ ਹੋਊਗਾ ਵੀ ਉਹ ਕਲਾਸ ਹੀ ਚੇਂਜ ਹੋ ਗਈ, ਕਲਾਸ ਤਾਂ ਉਹ ਸੇਮ ਹੀ ਰਹੇਗੀ। ਅਸਿਊਮ ਕਰੋ ਆਪਾਂ ਕਲਾਸ 10th ਦੀ ਗੱਲ ਕਰੀਏ, ਅਗਰ 10th ਕਲਾਸ ਦੀ ਗੱਲ ਕਰਦੇ ਹਾਂ ਤਾਂ ਜੇ ਉੱਥੇ ਸਟਰੈਂਥ 90 ਸਟੂਡੈਂਟਸ ਦੀ ਹੈ ਜਾਂ ਮੋਰ ਦੈਨ 100 ਸਟੂਡੈਂਟਸ ਦੀ ਹੈ ਤਾਂ ਅਸੀਂ ਉੱਥੇ 30-40 ਸਟੂਡੈਂਟਸ ਦੇ ਸੈਕਸ਼ਨਸ ਬਣਾ ਸਕਦੇ ਹਾਂ। ਸੋ ਅਸਿਊਮ ਕਰੋ ਅਸੀਂ ਨੇ ਟੋਟਲ 3 ਸੈਕਸ਼ਨ ਬਣਾਏ। ਸੋ ਜਿਹੜੇ 3 ਸੈਕਸ਼ਨ ਅਸੀਂ 30-30 ਦੇ ਬਣਾ ਲਏ ਜੇਕਰ 90 ਦਾ ਸਾਡੇ ਕੋਲ ਗਰੁੱਪ ਸੀਗਾ, ਤਾਂ ਜੇ ਅਸੀਂ 90-90 ਦੇ 3 ਗਰੁੱਪਸ ਬਣਾ ਲਏ ਤਾਂ 3 ਸੈਕਸ਼ਨਸ ਅਸੀਂ ਬਣਾ ਲਿਆ ਸੀ। ਇੱਕ ਨੂੰ ਬੋਲਿਆ ਸੈਕਸ਼ਨ ਏ, ਇੱਕ ਨੂੰ ਬੋਲਿਆ ਸੈਕਸ਼ਨ ਬੀ, ਇੱਕ ਨੂੰ ਬੋਲਿਆ ਸੀ ਸੈਕਸ਼ਨ ਸੀ। ਤਾਂ ਹੁਣ ਜਿਹੜੇ ਸਾਡੇ ਕੋਲ ਇਹ ਡਿਫਰੈਂਟ ਸੈਕਸ਼ਨਸ ਹੋ ਗਏ, ਉਹਨਾਂ ਸੈਕਸ਼ਨਸ ਨੂੰ ਅਸੀਂ ਕਲਾਸ 10th ਹੀ ਤਾਂ ਕਵਾਂਗੇ। ਪਰ ਬਸ ਉੱਥੇ ਅਸੀਂ ਇਹ ਯੂਜ਼ ਕਰ ਸਕਦੇ ਹੋਵਾਂਗੇ 10th ਏ, 10th ਬੀ, 10th ਸੀ। ਉਸੇ ਤਰੀਕੇ ਜੇ ਇੱਕ ਅਸੀਂ ਵੱਡੇ ਗਰੁੱਪ ਆਫ ਆਰਗੇਨਿਜ਼ਮਸ ਨੂੰ ਛੋਟੇ ਛੋਟੇ ਡਿਫਰੈਂਟ ਸਬ ਗਰੁੱਪਸ ਦੇ ਵਿੱਚ ਡਿਵਾਈਡ ਕਰ ਦਈਏ ਅਕੋਰਡਿੰਗ ਟੂ ਦੇਅਰ ਮੋਫੋਲੋਜੀਕਲ, ਐਵੋਲਿਊਸ਼ਨਰੀ, ਜੈਨੈਟਿਕਲ ਬਿਹੇਵੀਅਰ ਐਂਡ ਡਿਵੈਲਪਮੈਂਟਲ ਕੈਰੈਕਟਰਸ, ਤਾਂ ਉੱਥੇ ਅਸੀਂ ਕੀ ਕਵਾਂਗੇ ਵੀ ਅਸੀਂ ਕੀ ਕਰਤਾ ਆਰਗੇਨਿਜ਼ਮਸ ਨੂੰ ਕਲਾਸੀਫਾਈ ਕਰਤਾ, ਅਤੇ ਇਸ ਪ੍ਰੋਸੈਸ ਨੂੰ ਅਸੀਂ ਕੀ ਕਵਾਂਗੇ? ਕਲਾਸੀਫਿਕੇਸ਼ਨ। ਆਈ ਹੋਪ ਤੁਹਾਨੂੰ ਕਲਾਸੀਫਿਕੇਸ਼ਨ ਤਾਂ ਸਮਝ ਆ ਗਈ। ਹੁਣ ਕਲਾਸੀਫਿਕੇਸ਼ਨ ਜਦੋਂ ਅਸੀਂ ਕਰਦੇ ਹਾਂ, ਕਲਾਸੀਫਿਕੇਸ਼ਨ ਕੋਈ ਇੱਕ ਸਿੰਗਲ ਸਟੈਪ ਪ੍ਰੋਸੈਸ ਨਹੀਂ ਹੈ। ਸੋ ਇਸ ਦੇ ਅੰਦਰ ਹਾਇਰਾਰਕੀ ਆਫ ਸਟੈਪਸ ਇਨਵੋਲਵ ਹੁੰਦੇ ਨੇ। ਸੋ ਕਲਾਸੀਫਿਕੇਸ਼ਨ ਇਨਵੋਲਵਸ hierarchy of steps. ਇਸ ਦੇ ਵਿੱਚ ਕੀ ਹੈ, ਤੁਸੀਂ ਹਾਇਰਾਰਕੀ ਫੋਰਮ ਹੁੰਦੀ ਦੇਖੋਗੇ, ਘਟਦੇ ਤੋਂ ਵਾਧੇ ਕ੍ਰਮ ਵੱਲ ਜਾਂ ਵਾਧੇ ਕ੍ਰਮ ਤੋਂ
ਤੁਸੀਂ ਘਟਦੇ ਕ੍ਰਮ ਵੱਲ ਜਾਓਗੇ, ਮਤਲਬ ਅਸੈਂਡਿੰਗ ਆਰਡਰ ਵੀ ਫੋਲੋ ਕਰ ਸਕਦੇ ਹੋ, ਡਿਸੈਂਡਿੰਗ ਆਰਡਰ ਵੀ ਫੋਲੋ ਕਰ ਸਕਦੇ ਹੋ, ਅਤੇ ਤੁਸੀਂ ਇੱਕ ਹਾਇਰਾਰਕੀ ਫੋਰਮ ਕਰ ਦੋਗੇ ਜਿਹਦੇ ਵਿੱਚ ਕਾਫੀ ਸਾਰੇ ਸਟੈਪਸ ਫੋਲੋ ਹੋਣਗੇ। ਸੋ ਕਲਾਸੀਫਿਕੇਸ਼ਨ ਦੇ ਕਰਕੇ ਹੁਣ ਅਸੀਂ ਨੇ ਔਰਗੈਨਿਜ਼ਮਸ ਨੂੰ ਇੱਕ ਹਾਇਰਾਰਕੀ ਦੇ ਵਿੱਚ ਅਰੇਂਜ ਕਰਤਾ। ਹੁਣ ਹਾਇਰਾਰਕੀ ਕੁਛ ਸਟੂਡੈਂਟਸ ਦੇ ਦਿਮਾਗ 'ਚ ਨਹੀਂ ਆ ਰਿਹਾ ਕਿ ਹਾਇਰਾਰਕੀ ਕੀ ਹੈ, ਸਮਝ ਨਹੀਂ ਪਾ ਰਹੇ, ਕਨਫਿਊਜ਼ ਹੋ ਰਹੇ ਨੇ। ਹਾਇਰਾਰਕੀ ਕੁਛ ਨਹੀਂ ਹੈ, ਇੱਕ ਲੜੀ ਹੈ, ਇੱਕ ਚੇਨ ਹੈ। ਜਦੋਂ ਤੁਸੀਂ ਲੜੀਵਾਰ ਕਿਸੇ ਚੀਜ਼ ਨੂੰ ਅਰੇਂਜ ਕਰਦੇ ਹੋ, ਇੱਕ ਸੀਕੁਐਂਸ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਅਰੇਂਜ ਕਰਦੇ ਹੋ, ਉਹਨੂੰ ਤੁਸੀਂ ਬੋਲਦੇ ਹੋ ਹਾਇਰਾਰਕੀ। ਹੁਣ ਇੱਥੇ ਅਸੀਂ ਕਿਹਾ ਸੀ ਸ਼ੁਰੂ ਦੇ ਵਿੱਚ ਹੀ ਕਿ ਅਸੀਂ ਔਰਗੈਨਿਜ਼ਮਸ ਦੇ ਕੈਰੇਕਟਰਸ ਦੇ ਅਕੋਰਡਿੰਗ, ਉਹਨਾਂ ਦੇ ਬਿਹੇਵੀਅਰ ਦੇ ਅਕੋਰਡਿੰਗ, ਉਹਨਾਂ ਦੀ ਮੋਫੋਲੋਜੀ ਦੇ ਅਕੋਰਡਿੰਗ, ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਗਰੁੱਪਸ ਦੇ ਵਿੱਚ ਕਲਾਸੀਫਾਈ ਕਰ ਦਾਂਗੇ। ਹੁਣ ਜਿਹੜਾ ਇੱਥੇ ਕਲਾਸੀਫਿਕੇਸ਼ਨ ਦਾ ਹਰ ਇੱਕ ਸਟੈਪ ਹੈ, ਹਰ ਇੱਕ ਜੋ ਸਟੈਪ ਹੈ ਉਹ ਕਿਸ ਚੀਜ਼ ਨੂੰ ਰਿਪ੍ਰੈਜੈਂਟ ਕਰਦਾ, ਉਹ ਇੱਕ ਰੈਂਕ ਨੂੰ ਰਿਪ੍ਰੈਜੈਂਟ ਕਰਦਾ। ਸੋ ਸਟੈਪ ਜਿਹੜਾ ਹੈ ਉਹ ਰੈਂਕ ਨੂੰ ਰਿਪ੍ਰੈਜੈਂਟ ਕਰਦਾ। ਸੋ ਰੈਂਕ ਜਿਹੜਾ ਹੈ ਉਹ ਇੱਕ ਟੈਕਸੋਨ ਨੂੰ ਰਿਪ੍ਰੈਜੈਂਟ ਕਰਦਾ। ਰੈਂਕ ਡਿਨੋਟਸ ਟੈਕਸੋਨ। ਡਰਨਾ ਨਹੀਂ ਹੈ, ਟੈਕਸੋਨ ਕੀ ਹੈ, ਰੈਂਕ ਹੀ ਟੈਕਸੋਨ ਹੈ। ਸੋ ਟੈਕਸੋਨ ਜੋ ਹੈ ਉਹ ਕੀ ਹੈ, ਯੂਨਿਟ ਹੈ, ਇੱਕ ਛੋਟੀ ਜਿਹੀ ਯੂਨਿਟ ਹੈ ਕਿਸ ਚੀਜ਼ ਦੀ, ਟੈਕਸੋਨੋਮੀ। ਸੋ ਟੈਕਸੋਨ ਇਜ਼ ਵਾਟ, ਯੂਨਿਟ ਆਫ ਟੈਕਸੋਨੋਮੀ। ਬਸ ਇੱਥੋਂ ਸਾਡਾ ਇੱਕ MCQ ਬਣ ਜਾਏਗਾ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਚਾਰ ਆਪਸ਼ਨ ਦਿੱਤੇ ਹੋਣਗੇ, ਆਊਟ ਆਫ ਦਿਸ ਵਿਚ ਇਜ਼ ਅ ਯੂਨਿਟ ਆਫ ਟੈਕਸੋਨੋਮੀ, ਤਾਂ ਤੁਹਾਡਾ ਆਂਸਰ ਕੀ ਹੋਏਗਾ, ਟੈਕਸੋਨ। ਸੋ ਆਈ ਹੋਪ ਤੁਹਾਨੂੰ ਇਹ ਜਿਹੜਾ ਕਨਫਿਊਜ਼ਨ ਸੀਗੀ ਉਹ ਕਲੀਅਰ ਹੋ ਗਈ ਹੈ। ਕਈ ਵਾਰ ਨਹੀਂ ਸੀ ਸਮਝ ਆਉਂਦਾ ਗਰੁੱਪ ਹੀ ਕੀ ਹੈ, ਰੈਂਕ, ਰੈਂਕ ਕਿਸ ਚੀਜ਼ ਨੂੰ ਡਿਨੋਟ ਕਰਦਾ ਹੈ, ਟੈਕਸੋਨ ਨੂੰ। ਸੋ ਟੈਕਸੋਨ ਹੀ ਕੀ ਹੈ, ਯੂਨਿਟ ਹੈ ਕਿਸ ਚੀਜ਼ ਦੀ, ਟੈਕਸੋਨੋਮੀ ਦੀ। ਸੋ ਇੰਨੀ ਗੱਲ ਆਪਾਂ ਨੇ ਯਾਦ ਕਰਨੀ ਹੈ। ਸੋ ਇਹਨੂੰ ਅੱਗੇ ਅਸੀਂ ਯੂਜ਼ ਕਰਾਂਗੇ ਇੱਕ ਹਾਇਰਾਰਕੀ ਫੋਰਮ ਕਰਨ ਦੇ ਲਈ। ਇੰਨਾ ਤੁਹਾਨੂੰ ਸਮਝ ਆ ਗਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਟੈਕਸੋਨੋਮਿਕਲ ਹਾਇਰਾਰਕੀ ਦੀ। ਜਿਹੜੀ ਇਹ ਹਾਇਰਾਰਕੀ ਹੈ, ਜਦੋਂ ਟੈਕਸੋਨੋਮਿਕਲ ਸਟੱਡੀਜ਼ ਹੋਈਆਂ ਉਹਨਾਂ ਦੇ ਕਰਕੇ ਜਿਹੜੀ ਫੋਰਮ ਹੋਈ ਉਹਦੇ ਕੁਛ ਪਰਟੀਕੁਲਰ ਰੈਂਕ ਜਾਂ ਕਹਿ ਲਓ ਪਰਟੀਕੁਲਰ ਟੈਕਸੋਨ ਸੀਗੇ। ਦੇਖਦੇ ਹਾਂ ਉਹ ਹਾਇਰਾਰਕੀ ਕੀ ਸੀ। ਸੋ ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ, ਕਈਆਂ ਨੂੰ ਯਾਦ ਹੀ ਨਹੀਂ ਹੁੰਦਾ, ਆਰਡਰ ਨਹੀਂ ਯਾਦ ਹੁੰਦਾ। ਉਹ ਆਰਡਰ ਯਾਦ ਕਰਨਾ ਬਿਲਕੁਲ ਵੀ ਔਖਾ ਨਹੀਂ ਹੈ ਜਦੋਂ ਤੁਸੀਂ ਕੋਈ ਨਿਮੋਨਿਕ ਯਾਦ ਕਰ ਲੈਂਦੇ ਹੋ। ਸੋ ਅੱਜ ਮੈਂ ਤੁਹਾਨੂੰ ਇੱਕ ਨਿਮੋਨਿਕ ਯਾਦ ਕਰਵਾ ਦੂੰਗੀ। ਉਸ ਨਿਮੋਨਿਕ ਦੇ ਥਰੂ ਤੁਸੀਂ ਹਾਇਰਾਰਕੀ ਦੇ ਸਾਰੇ ਟੈਕਸੋਨਸ ਨੂੰ ਇੱਕ ਪ੍ਰੋਪਰ ਆਰਡਰ ਦੇ ਵਿੱਚ ਯਾਦ ਕਰ ਸਕੋਗੇ। ਦੇਖਦੇ ਹਾਂ ਕੀ ਹੈ ਉਹ। ਹੈਗਾ ਕਿਡਸ ਪ੍ਰੈਫਰ ਕੈਂਡੀ ਓਵਰ ਫਰਾਈਡ ਗ੍ਰੀਨ ਸਪਿਨਿਚ। ਤੁਹਾਨੂੰ ਪਤਾ ਹੈ ਜੀ ਬੱਚੇ ਨਹੀਂ ਪਸੰਦ ਕਰਦੇ ਕਦੇ ਵੀ ਹਰੀਆਂ ਸਬਜ਼ੀਆਂ। ਸੋ ਉਹਨਾਂ ਨੂੰ ਉਲਟਾ ਪੁਲਟਾ ਜਿੰਨਾ ਮਰਜ਼ੀ ਖਵਾ ਲਓ ਤਾਂ ਇੱਥੋਂ ਯਾਦ ਹੋ ਜੂਗਾ, ਕੈਂਡੀ ਖਾਣਾ ਪਸੰਦ ਕਰਨਗੇ ਓਵਰ ਗ੍ਰੀਨ ਸਪਿਨਿਚ। ਸੋ ਖੈਰ ਇਹ ਤਾਂ ਯਾਦ ਕਰਨ ਨੂੰ ਬਸ ਇੱਕ ਨਿਮੋਨਿਕ ਹੈ, ਇਹਨੂੰ ਕਿਤੇ ਯੂਜ਼ ਨਹੀਂ ਕਰਨਾ। ਬਸ ਇਹਦੇ ਥਰੂ ਅਸੀਂ ਹਾਇਰਾਰਕੀ ਦੇ ਸਟੈਪਸ ਯਾਦ ਕਰਨਾ। ਫਸਟ ਲੈਟਰ ਕੇ, ਪੀ ਯੂਜ਼ ਕਰਾਂਗੇ, ਸੀ ਯੂਜ਼ ਕਰਾਂਗੇ, ਓ ਯੂਜ਼ ਕਰਾਂਗੇ, ਐਫ ਯੂਜ਼ ਕਰਾਂਗੇ, ਜੀ ਯੂਜ਼ ਕਰਾਂਗੇ, ਐਸ। ਇੱਥੋਂ ਹੀ ਤੁਹਾਡਾ ਕੰਮ ਬਣ ਜਾਏਗਾ। ਸੋ ਕੀ ਹੈ ਪਹਿਲਾ ਜੀ, ਕੇ ਫੋਰ ਕਿੰਗਡਮ, ਪੀ ਫੋਰ ਫਾਈਲਮ, ਆਰਡਰ ਨਹੀਂ ਬ੍ਰੇਕ ਕਰਨਾ, ਸੀ ਫੋਰ ਕਲਾਸ, ਓ ਫੋਰ ਆਰਡਰ,
F for family, G for genus, S for species. ਬਣ ਗਈ ਜੀ ਤੁਹਾਡੀ ਇੱਕ ਹਾਇਰਾਰਕੀ, ਜਿਹੜਾ ਨਹੀਂ ਸੀ ਯਾਦ ਹੋ ਰਿਹਾ। K for kingdom, P for phylum, C for class, O for order, F for family, G for genus, S for species. So ਤੁਹਾਨੂੰ ਸਾਰਿਆਂ ਨੂੰ ਬੜੇ ਆਰਾਮ ਨਾਲ ਹੁਣ ਇਹ ਯਾਦ ਹੋ ਗਿਆ ਕਿ ਇਹ ਆਰਡਰ ਹੀ ਅਸੀਂ ਫੋਲੋ ਕਰਨਾ, ਕੁਛ ਵੀ ਤੁਸੀਂ ਉੱਪਰ ਨੀਚੇ ਨਹੀਂ ਕਰ ਸਕਦੇ, ਕਿਉਂਕਿ ਇਹ ਸਾਰੇ ਕੀ ਨੇ, ਇੱਕ ਦੂਸਰੇ ਦਾ ਹੀ ਕਲਸਟਰ ਜਦੋਂ ਬਣਦਾ ਫਿਰ ਇੱਕ ਨਵਾਂ ਟੈਕਸੋਨ ਫਾਰਮ ਕਰ ਦਿੰਦੇ ਨੇ। ਸੋ ਅਸੀਂ ਇਸ ਨੂੰ ਡਿਸਟਰਬ ਨਹੀਂ ਕਰਨਾ, ਉਹ ਵੀ ਤੁਹਾਨੂੰ ਮੈਂ ਵਿਦਿਨ ਸੈਕਿੰਡਸ ਕਲੀਅਰ ਕਰਨ ਵਾਲੀ ਹਾਂ। ਸੋ ਇੱਥੇ ਅਸੀਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਯਾਦ ਕਰਨੀਆਂ ਨੇ ਕਿ ਅਸੀਂ ਜਦੋਂ ਆਰਡਰ ਤਾਂ ਹੁਣ ਅਸੀਂ ਨੇ ਸਾਰਿਆਂ ਨੇ ਯਾਦ ਕਰ ਲਿਆ, ਸੋ ਆਰਡਰ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿੱਧਰ ਨੂੰ ਮੂਵ ਕਰਦੇ ਹੋਏ ਸਿਮਿਲੈਰਿਟੀਜ਼ ਇਨਕਰੀਜ਼ ਕਰਦੀਆਂ ਨੇ ਅਤੇ ਕਿੱਧਰ ਨੂੰ ਮੂਵ ਕਰਦੇ ਹੋਏ ਸਿਮਿਲੈਰਿਟੀਜ਼ ਡਿਕਰੀਜ਼ ਕਰਦੀਆਂ ਨੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ। ਥੋੜ੍ਹਾ ਇਹਨੂੰ ਮੂਵ ਕਰਕੇ ਉੱਪਰ ਵੱਲ ਫਿਰ ਸ਼ੁਰੂ ਕਰਦੇ ਹਾਂ ਆਪਾਂ ਅੱਗੇ। ਤੁਹਾਨੂੰ ਸਾਰਿਆਂ ਨੂੰ ਇਹ ਵਿਜ਼ੀਬਲ ਹੈ? ਹਾਂਜੀ ਵਿਜ਼ੀਬਲ ਹੈ, ਥੋੜ੍ਹਾ ਇੱਧਰ ਕਰ ਦਿੰਦੇ ਹਾਂ ਇਹਨੂੰ ਆਪਾਂ। ਹਾਂਜੀ, ਸੋ ਇਸ ਕੈਟੇਗਰੀ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਸਾਡੇ ਕੋਲ? ਕਿੰਗਡਮ, ਫਿਰ ਹੈ ਫਾਈਲਮ, ਫਿਰ ਕਲਾਸ, ਫਿਰ ਆਰਡਰ, ਫਿਰ ਫੈਮਿਲੀ, ਫਿਰ ਜੀਨਸ, ਫਿਰ ਸਪੀਸ਼ੀਸ। ਇਸ ਕੈਟੇਗਰੀ ਦੇ ਬੇਸਿਸ 'ਤੇ ਤੁਹਾਡੇ ਤੋਂ ਕੁਛ ਕੁਐਸਚਨਸ ਪੁੱਛੇ ਜਾ ਸਕਦੇ ਨੇ, ਤੁਹਾਡੇ ਤੋਂ ਪੁੱਛਿਆ ਜਾ ਸਕਦਾ ਜਿਵੇਂ ਕਿ ਇਹਨਾਂ ਸਾਰੇ ਟੈਕਸੋਨਸ ਦੇ ਵਿੱਚੋਂ ਜਾਂ ਇਹਨਾਂ ਸਾਰੀਆਂ ਕੈਟੇਗਰੀਜ਼ ਦੇ ਵਿੱਚੋਂ ਸਭ ਤੋਂ ਹਾਈਐਸਟ ਕੈਟੇਗਰੀ ਕਿਹੜੀ ਹੈ ਜਾਂ ਸਭ ਤੋਂ ਲੋਐਸਟ ਕੈਟੇਗਰੀ ਕਿਹੜੀ ਹੈ? ਇੱਥੇ ਐਮ ਸੀ ਕਿਊ ਬਣ ਸਕਦਾ। ਸੋ ਬਿਲਕੁਲ ਟੈਨਸ਼ਨ ਲੈਣ ਦੀ ਜ਼ਰੂਰਤ ਹੀ ਨਹੀਂ ਹੈ ਜੀ। ਕਿੰਗਡਮ ਜਿਹੜਾ ਹੈ ਉਹ ਹਾਈਐਸਟ ਕੈਟੇਗਰੀ ਹੈ, ਇਹ ਹੈ ਹਾਈਐਸਟ ਕੈਟੇਗਰੀ, ਯਾਦ ਰੱਖੋਗੇ ਜੀ ਤੁਸੀਂ ਇਸ ਗੱਲ ਨੂੰ। ਅਤੇ ਜਿਹੜਾ ਸਪੀਸ਼ੀਜ਼ ਹੈ ਇਹ ਕੀ ਹੈ? ਲੋਐਸਟ ਕੈਟੇਗਰੀ। ਲਓ ਜੀ ਤੁਹਾਡੇ ਦੋ ਐਮ ਸੀ ਕਿਊ ਇੱਥੋਂ ਰੈਡੀ, ਠੀਕ ਹੈ। ਉਸ ਤੋਂ ਬਾਅਦ ਹੁਣ ਅਸੀਂ ਇਹ ਦੇਖਾਂਗੇ ਕਿ ਕਿਸ ਕੈਟੇਗਰੀ ਦੇ ਵੱਲ ਨੂੰ ਮੂਵ ਕਰਦੇ ਹੋਏ ਕੈਰੈਕਟਰਸ ਦੀ ਸਿਮਿਲੈਰਿਟੀ ਇਨਕਰੀਜ਼ ਹੁੰਦੀ ਹੈ ਜਾਂ ਕਿਸ ਸਾਈਡ ਨੂੰ ਮੂਵ ਕਰਦੇ ਹੋਏ ਸਿਮਿਲੈਰਿਟੀ ਜਿਹੜੀ ਹੈ ਉਹ ਡਿਕਰੀਜ਼ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਜਿਹੜੀ ਗੱਲ ਯਾਦ ਕਰਨ ਵਾਲੀ ਹੈ ਉਹ ਇਹੀ ਹੈ ਕਿ ਜਦੋਂ ਹੀ ਅਸੀਂ ਕਿੰਗਡਮ ਤੋਂ ਸਪੀਸ਼ੀਜ਼ ਵੱਲ ਨੂੰ ਮੂਵ ਕਰਦੇ ਹਾਂ, ਜਦੋਂ ਹੀ ਅਸੀਂ ਕਿੰਗਡਮ ਤੋਂ ਸਪੀਸ਼ੀਜ਼ ਵੱਲ ਮੂਵ ਕਰਦੇ ਹਾਂ ਉਸ ਟਾਈਮ 'ਤੇ ਸਿਮਿਲੈਰਿਟੀਜ਼ ਜਿਹੜੀਆਂ ਨੇ ਅਮੰਗ ਦ ਔਰਗੈਨਿਜ਼ਮਸ ਇਨਕਰੀਜ਼ ਕਰਦੀਆਂ ਨੇ। ਸੋ ਜਿਵੇਂ ਹੀ ਅਸੀਂ ਡਾਊਨਵਰਡ ਮੂਵ ਕਰਦੇ ਹਾਂ ਸਿਮਿਲੈਰਿਟੀਜ਼ ਕੀ ਹੁੰਦੀਆਂ ਨੇ? ਇਨਕਰੀਜ਼ ਹੁੰਦੀਆਂ ਨੇ, ਸਿਮਿਲੈਰਿਟੀਜ਼ ਇਨਕਰੀਜ਼ਸ। ਜਿਵੇਂ ਹੀ ਅਸੀਂ ਸਪੀਸ਼ੀਜ਼ ਤੋਂ ਕਿੰਗਡਮ ਵੱਲ ਨੂੰ ਮੂਵ ਕਰਾਂਗੇ ਤਾਂ ਜਿਹੜੀਆਂ ਆਪਾਂ ਇੱਦਾਂ ਐਰੋ ਪੁਆਇੰਟ ਕਰ ਦਿੰਦੇ ਹਾਂ ਸਿਮਿਲੈਰਿਟੀਜ਼ ਜਿਹੜੀਆਂ ਹੋਣਗੀਆਂ ਉਹ ਡਿਕਰੀਜ਼ ਹੋਣਗੀਆਂ। ਜਿਵੇਂ ਹੀ ਅਸੀਂ ਕਿੰਗਡਮ ਤੋਂ ਸਪੀਸ਼ੀਜ਼ ਵੱਲ ਨੂੰ ਮੂਵ ਕਰਾਂਗੇ ਸਿਮਿਲੈਰਿਟੀਜ਼ ਇਨਕਰੀਜ਼ ਹੋਣਗੀਆਂ ਅਮੰਗ ਦ ਔਰਗੈਨਿਜ਼ਮਸ। ਜਿਵੇਂ ਹੀ ਅਸੀਂ ਸਪੀਸ਼ੀਜ਼ ਤੋਂ ਕਿੰਗਡਮ ਵੱਲ ਨੂੰ ਮੂਵ ਕਰਾਂਗੇ ਉਵੇਂ ਹੀ ਸਿਮਿਲੈਰਿਟੀਜ਼ ਜਿਹੜੀਆਂ ਨੇ ਉਹ ਡਿਕਰੀਜ਼ ਹੋਣਗੀਆਂ। ਸੋ ਇੱਥੇ ਵੀ ਤੁਹਾਡੇ ਕੋਲ ਕੁਐਸਚਨ ਬਣ ਸਕਦਾ ਕਿਉਂਕਿ ਤੁਹਾਨੂੰ ਕੰਪੈਰੀਜ਼ਨ ਦਿੱਤਾ ਹੋ ਸਕਦਾ। ਮੰਨ ਲਓ ਤੁਹਾਨੂੰ ਪੁੱਛ ਲਿਆ ਗਿਆ ਕਿ ਕਿਸੇ ਵੀ ਦੋ ਕੈਟੇਗਰੀਜ਼ ਦੇ ਵਿੱਚ ਦੱਸੋ ਕਿੰਨੀਆਂ ਜ਼ਿਆਦਾ ਸਿਮਿਲੈਰਿਟੀਜ਼ ਸਾਨੂੰ ਮਿਲਣਗੀਆਂ ਜਦੋਂ ਅਸੀਂ ਦੋ ਟੈਕਸੋਨਸ ਨੂੰ ਕੰਪੇਅਰ ਕਰਾਂਗੇ।
ਪਰ ਤੁਹਾਨੂੰ ਉੱਥੇ ਆਰਡਰ ਵੀ ਦਿੱਤਾ ਹੋਊਗਾ ਵੀ ਜਦੋਂ ਅਸੀਂ ਅਸੈਂਡਿੰਗ ਆਰਡਰ ਦੇ ਵਿੱਚ ਮੂਵ ਕਰ ਰਹੇ ਹਾਂ ਜਾਂ ਅਸੀਂ ਡਿਸੈਂਡਿੰਗ ਆਰਡਰ ਦੇ ਵਿੱਚ ਮੂਵ ਕਰ ਰਹੇ ਹਾਂ, ਸੋ ਉਸ ਅਕੋਰਡਿੰਗ ਤੁਸੀਂ ਇੱਥੇ ਆਨਸਰ ਕਰਨਾ ਹੋਊਗਾ। ਇੱਥੇ ਸਾਨੂੰ ਇੱਕ ਹੋਰ ਗੱਲ ਦਾ ਧਿਆਨ ਦੇਣਾ ਪਊਗਾ, ਉਹ ਕੀ ਹੈ ਕਿ ਜਿਹੜੀ ਅਸੀਂ ਟੈਕਸੋਨੋਮਿਕ ਹਾਇਰਾਰਕੀ ਫੋਰਮ ਕੀਤੀ ਹੈ ਇਹ ਅਸੀਂ ਐਨੀਮਲਸ ਦੇ ਲਈ ਫੋਰਮ ਕੀਤੀ ਹੈ, ਪਰ ਪਲਾਂਟਸ ਦੇ ਕੇਸ ਦੇ ਵਿੱਚ ਥੋੜ੍ਹਾ ਜਿਹਾ ਹੀ ਚੇਂਜ ਹੈ। ਉਹ ਇਹ ਹੈ ਕਿ ਫਾਈਲਿੰਗ ਦੀ ਜਗ੍ਹਾ 'ਤੇ ਪਲਾਂਟਸ ਦੇ ਕੇਸ ਦੇ ਵਿੱਚ ਡਿਵੀਜ਼ਨ ਹੁੰਦਾ, ਯਾਦ ਰੱਖਣਾ ਜੀ ਇਹ ਗੱਲ। ਇਨ ਕੇਸ ਆਫ ਪਲਾਂਟਸ ਜੇਕਰ ਐਨੀਮਲਸ ਦੀ ਗੱਲ ਹੋ ਰਹੀ ਹੈ ਫਿਰ ਅਸੀਂ ਫਾਈਲਿੰਗ ਹੀ ਯੂਜ਼ ਕਰਾਂਗੇ। ਸਿਮਿਲਰਲੀ ਆਰਡਰ ਦੀ ਜਗ੍ਹਾ ਦੇ ਉੱਪਰ ਇੱਥੇ ਹੁੰਦਾ ਕੋਹਰੇਟ, ਠੀਕ ਹੈ, ਕੋਹਰੇਟ, ਸੋ ਅਸੀਂ ਕੋਹਰੇਟ ਯੂਜ਼ ਕਰਾਂਗੇ ਕਿਹਦੇ ਲਈ, ਸਿਮਿਲਰਲੀ ਪਲਾਂਟਸ ਦੇ ਲਈ। ਸੋ ਇੰਨਾ ਅਸੀਂ ਇੱਥੇ ਯਾਦ ਕਰਾਂਗੇ। ਹੁਣ ਅਸੀਂ ਡਿਟੇਲ ਦੇ ਵਿੱਚ ਇੱਕ ਇੱਕ ਜਿਹੜਾ ਇਹ ਕੈਟੇਗਰੀ ਹੈ ਉਸਨੂੰ ਪੜ੍ਹਾਂਗੇ, ਫਿਰ ਅਸੀਂ ਦੇਖਾਂਗੇ ਕਿ ਕਿਹੜੀ ਕੈਟੇਗਰੀ ਦੇ ਵਿੱਚ ਅਸੀਂ ਕਿੱਦਾਂ ਆਰਗੇਨਿਜ਼ਮਸ ਨੂੰ ਕਲਾਸੀਫਾਈ ਕੀਤਾ ਹੋਇਆ। ਚਲੋ ਦੇਖਦੇ ਹਾਂ। ਸੋ ਪਹਿਲਾਂ ਅਸੀਂ ਸ਼ੁਰੂਆਤ ਕਰਨ ਵਾਲੇ ਹਾਂ ਹੁਣ ਕਿੰਗਡਮ ਦੇ ਨਾਲ, ਅਸੀਂ ਹੁਣ ਡਿਟੇਲ ਦੇ ਵਿੱਚ ਇੱਕ ਇੱਕ ਕੈਟੇਗਰੀ ਨੂੰ ਸ਼ੁਰੂ ਕਰਨ ਲੱਗੇ ਹਾਂ। ਅਸੀਂ ਸ਼ੁਰੂ ਦੇ ਵਿੱਚ ਹੀ ਕਹਿ ਚੁੱਕੇ ਹਾਂ ਕਿ ਕਿੰਗਡਮ ਜੋ ਹੈ, ਨਹੀਂ ਯਾਦ ਹੋ ਰਿਹਾ ਨਾ ਵੀ ਕਿਹੜੀ, ਅਗਰ ਤੁਹਾਨੂੰ ਬਾਅਦ 'ਚ ਭੁਲੇਖਾ ਲੱਗ ਗਿਆ ਕਿ ਤੁਸੀਂ ਸਪੀਸ਼ੀਜ਼ ਨੂੰ ਲਿਖਤਾ, ਕਈ ਵਾਰੀ ਉਲਟਾ ਲਿਖਤਾ ਹੁੰਦਾ, ਸਪੀਸ਼ੀਜ਼ ਤੋਂ ਸਟਾਰਟ ਕਰਕੇ ਡਾਊਨਵਰਡ ਜਾ ਰਹੇ ਹੁੰਦੇ ਨੇ, ਸੋ ਤੁਹਾਨੂੰ ਲੱਗਦਾ ਵੀ ਹੁਣ ਤੁਸੀਂ ਭੁਲੇਖਾ ਖਾ ਜਾਂਦੇ ਹੋ, ਤੁਸੀਂ ਉੱਥੇ ਸਪੀਸ਼ੀਜ਼ ਨੂੰ ਹਾਈਐਸਟ ਕੈਟੇਗਰੀ ਕਰ ਦਿੰਦੇ। ਸੋ ਇੱਥੇ ਇਸ ਕਨਫਿਊਜ਼ਨ ਨੂੰ ਦੂਰ ਕਰਨ ਦਾ ਵੀ ਇੱਕ ਤਰੀਕਾ ਦੱਸ ਦਿੰਦੀ ਹਾਂ। ਕਿੰਗ ਜਿਹੜਾ ਹੈ ਉਹ ਸਾਰਿਆਂ ਦੇ ਉੱਪਰ ਰੂਲ ਕਰਦਾ, ਸੋ ਇੱਥੇ ਕਿੰਗਡਮ ਦੇ ਵਿੱਚ ਕਿੰਗ ਆਇਆ, ਸੋ ਅਸੀਂ ਕਿੰਗ ਤੋਂ ਯਾਦ ਕਰ ਲਾਂਗੇ। ਇੱਥੇ ਕਿੰਗਡਮ ਦੇ ਅੰਦਰ ਕਿੰਗ ਆਇਆ ਤਾਂ ਅਸੀਂ ਕਿੰਗ ਤੋਂ ਯਾਦ ਕਰ ਲਾਂਗੇ ਵੀ ਕਿੰਗ ਜਿਹੜਾ ਹੈ ਉਹ ਸਭ ਤੋਂ ਹਾਈਐਸਟ ਰੈਂਕ 'ਤੇ ਹੁੰਦਾ, ਸੋ ਫਿਰ ਕਿੰਗਡਮ ਵੀ ਕੀ ਹੋਊਗਾ, ਹਾਈਐਸਟ ਹੋਊਗਾ, ਹਾਈਐਸਟ ਕੈਟੇਗਰੀ ਹੈ। ਸੋ ਕਿੰਗਡਮ ਇਸ ਹਾਈਐਸਟ ਕੈਟੇਗਰੀ, ਇਸ ਚੀਜ਼ ਨੂੰ ਯਾਦ ਰੱਖਣਾ ਹੀ ਰੱਖਣਾ ਇਸ ਨੂੰ, ਠੀਕ ਹੈ ਜੀ। ਸੋ ਕਿੰਗਡਮ ਜੋ ਹੈ ਉਹ ਇੱਕ ਹਾਈਐਸਟ ਕੈਟੇਗਰੀ ਹੈ। ਇਸ ਕਿੰਗਡਮ ਦੇ ਅੰਦਰ ਅਸੀਂ ਪੰਜ ਤਰ੍ਹਾਂ ਦੇ ਕਿੰਗਡਮ ਪੜ੍ਹਦੇ ਹਾਂ। ਕਿਹੜੇ ਕਿਹੜੇ ਪੰਜ ਕਿੰਗਡਮ ਸੀਗੇ ਜੀ? ਉਹ ਕਿੰਗਡਮ ਮੋਨੇਰਾ, ਵਿਟਾਕਰ ਨੇ ਸਿਸਟਮ ਦਿੱਤਾ ਸੀ ਨਾ, ਫਾਈਵ ਕਿੰਗਡਮ ਸਿਸਟਮ ਆਫ ਕਲਾਸੀਫਿਕੇਸ਼ਨ, ਸਭ ਤੋਂ ਪਹਿਲਾਂ ਮੋਨੇਰਾ, ਫਿਰ ਪ੍ਰੋਟੈਸਟਾ। ਵੈਸੇ ਇਸ ਤੋਂ ਪਹਿਲਾਂ ਕਾਫੀ ਕਲਾਸੀਫਿਕੇਸ਼ਨ ਹੋਈਆਂ ਨੇ, ਬਟ ਇਹ ਜਿਹੜੀ ਹੈ ਫਾਈਨਲ ਸੀਗੀ ਮੋਨੇਰਾ ਪ੍ਰੋਟੈਸਟਾ, ਫਿਰ ਸੀਗਾ ਜੀ ਕਿੰਗਡਮ ਫੰਗਾਏ, ਫਿਰ ਸੀਗਾ ਜੀ ਸਾਡੇ ਕੋਲ ਪਲਾਂਟੇ, ਫਿਰ ਅਸੀਂ ਗੱਲ ਕਰ ਲੈਂਦੇ ਹਾਂ ਕਿੰਗਡਮ ਐਨੀਮੇਲੀਆ। ਇਹ ਪੰਜ ਕਿੰਗਡਮਸ ਜਿਹੜੇ ਨੇ ਇਨ ਡਿਟੇਲ ਅਸੀਂ ਅਗਲੇ ਚੈਪਟਰ ਦੀ ਡਿਟੇਲ ਦੇ ਵਿੱਚ ਪੜ੍ਹਾਂਗੇ, ਪਰ ਇੱਥੇ ਸਿਰਫ ਅਸੀਂ ਇੰਨਾ ਹੀ ਯਾਦ ਕਰਨਾ ਕਿ ਕਿੰਨੇ ਕਿੰਗਡਮ ਨੇ, ਉਹ ਪੰਜ ਕਿੰਗਡਮ ਨੇ। ਸੋ ਇਹਨਾਂ ਕਿੰਗਡਮ ਦੇ ਵਿੱਚ ਜਿਹੜੇ ਅਸੀਂ ਡਿਫਰੈਂਟ ਤਰ੍ਹਾਂ ਦੇ ਔਰਗੇਨਿਜ਼ਮ, ਨਾਮ ਤੋਂ ਤੁਹਾਨੂੰ ਕੁਛ ਇੰਡੀਕੇਸ਼ਨ ਹੋ ਰਹੀ ਹੋਊਗੀ। ਦੇਖੋ ਮੋਨੇਰਾ ਹੈ, ਮੋਨੇਰਾ ਦੇ ਵਿੱਚ ਅਸੀਂ ਬੈਕਟੀਰੀਆ ਨੂੰ ਰੱਖਿਆ ਹੋਊਗਾ। ਸੋ ਜਿਹੜੇ ਪ੍ਰੋਟੈਸਟਾ ਹੈ ਇਹਦੇ ਵਿੱਚ ਅਸੀਂ ਸਾਰਾ ਪ੍ਰੋਟੋਜ਼ੋਨਸ ਵਗੈਰਾ ਰੱਖੇ ਹੋਣਗੇ, ਡਾਇਟਮਸ ਰੱਖੇ ਹੋਣਗੇ, ਡੈਸਮਿਡਸ ਵਗੈਰਾ ਰੱਖੇ ਹੋਣਗੇ, ਮਤਲਬ ਜਿਹੜੇ ਇਕੁਐਟਿਕ ਯੂਕੈਰੀਓਟਿਕ ਔਰਗੇਨਿਜ਼ਮਸ ਨੇ ਉਹ ਰੱਖੇ ਹੋਣਗੇ। ਉਸ ਤੋਂ ਬਾਅਦ ਫੰਗਾਏ ਇੱਕ ਇਹੋ ਜਿਹਾ ਕਿੰਗਡਮ ਹੋਊਗਾ ਜਿਹਦੇ ਵਿੱਚ ਸਾਰੀ ਫੰਗਸ ਪੜਾਂਗੇ ਅਸੀਂ, ਮਸ਼ਰੂਮ ਵਗੈਰਾ ਉਹ ਪੜਾਂਗੇ ਸਭ ਅਸੀਂ। ਉਸ ਤੋਂ ਬਾਅਦ ਪਲਾਂਟੇ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਪਲਾਂਟਸ ਕਵਰ ਕਰਾਂਗੇ, ਚਾਹੇ ਉਹ ਹਰਬਸ ਨੇ, ਚਾਹੇ ਉਹ ਸ਼ਰਬਸ ਨੇ, ਚਾਹੇ ਫਿਰ ਉਹ ਵੱਡੇ ਟ੍ਰੀਜ਼ ਨੇ। ਐਨੀਮੇਲੀਆ ਦੇ ਅੰਦਰ ਅਸੀਂ ਸਾਰੇ ਐਨੀਮਲਸ ਦੇ ਬਾਰੇ ਪੜ੍ਹਾਂਗੇ, ਅਸੀਂ ਹਿਊਮਨਸ ਨੂੰ ਵੀ ਇੱਥੇ ਹੀ ਕਵਰ ਕਰਾਂਗੇ। ਸੋ ਕਿੰਗਡਮ ਦੇ ਅੰਦਰ ਤੁਹਾਨੂੰ ਸਭ ਤੋਂ ਘੱਟ ਸਿਮਿਲੈਰਿਟੀਜ਼ ਦੇਖਣ ਨੂੰ ਮਿਲਣਗੀਆਂ
ਰੈਦਰ ਦੈਨ ਅਦਰ ਕੈਟੇਗਰੀਜ਼, ਠੀਕ ਹੈ। ਹਾਇਰਾਰਕੀ ਦੇ ਵਿੱਚ ਜਿੰਨੀਆਂ ਹੋਰ ਕੈਟੇਗਰੀਜ਼ ਨੇ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਕਿੰਗਡਮ ਦੇ ਅੰਦਰ ਜਿੰਨੇ ਵੀ ਔਰਗੇਨਿਜ਼ਮਸ ਦੇ ਗਰੁੱਪਸ ਅਸੀਂ ਇਨਵੋਲਵ ਕੀਤੇ ਨੇ, ਉਹਨਾਂ ਸਾਰੇ ਔਰਗੇਨਿਜ਼ਮਸ ਦੇ ਅੰਦਰ ਤੁਹਾਨੂੰ ਬਹੁਤ ਘੱਟ ਸਿਮਿਲੈਰਿਟੀਜ਼ ਦੇਖਣ ਨੂੰ ਮਿਲਣਗੀਆਂ। ਹੁਣ ਜੇ ਅਸੀਂ ਬੈਕਟੀਰੀਆ ਨੂੰ ਕੰਪੇਅਰ ਕਰੀਏ ਪਲਾਂਟਸ ਦੇ ਨਾਲ, ਦੇਰ ਇਜ਼ ਅ ਹਿਊਜ ਡਿਫਰੈਂਸ। ਅਗਰ ਅਸੀਂ ਫੰਜਾਏ ਨੂੰ ਜਾਂ ਅਗਰ ਅਸੀਂ ਫੰਗਾਏ ਨੂੰ ਪ੍ਰੋਟੋਜ਼ੋਨਸ ਦੇ ਨਾਲ ਜਾਂ ਬੈਕਟੀਰੀਆ ਦੇ ਨਾਲ ਕੰਪੇਅਰ ਕਰੀਏ ਤਾਂ ਵੀ ਸਾਨੂੰ ਬਹੁਤ ਸਾਰੇ ਡਿਫਰੈਂਸ ਦੇਖਣ ਨੂੰ ਮਿਲਦੇ ਨੇ। ਸੋ ਇੱਥੇ ਸਾਨੂੰ ਸਿਮਿਲੈਰਿਟੀਜ਼ ਜਿਹੜੀਆਂ ਨੇ ਉਹ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਯਾਦ ਕਰਨ ਵਾਲੀ ਗੱਲ ਇਹੀ ਹੈ ਕਿ ਅਸੀਂ ਇਹ ਪੁਆਇੰਟ ਯਾਦ ਰੱਖਣਾ ਕਿ ਇਹ ਕੀ ਹੈ, ਇੱਕ ਹਾਈਐਸਟ ਕੈਟੇਗਰੀ ਹੈ ਪਰ ਇੱਥੇ ਕੀ ਨੇ, ਸਿਮਿਲੈਰਿਟੀਜ਼ ਆਰ ਵੈਰੀ ਲੈਸ। ਸੋ ਵੈਰੀ ਲੈਸ ਸਿਮਿਲੈਰਿਟੀਜ਼, ਇਹ ਗੱਲ ਅਸੀਂ ਯਾਦ ਰੱਖਾਂਗੇ। ਵੈਰੀ ਲੈਸ ਸਿਮਿਲੈਰਿਟੀਜ਼ ਅਮੰਗ ਔਰਗੇਨਿਜ਼ਮਸ। ਵਧਦਿਆਂ ਨੈਕਸਟ ਕੈਟੇਗਰੀ ਵੱਲ, ਦੈਟ ਇਜ਼ ਫਾਈਲਮ। ਹੁਣ ਅਸੀਂ ਪੜ੍ਹਾਂਗੇ ਫਾਈਲਮ ਦੇ ਬਾਰੇ। ਨਿਮੋਨਿਕ ਯਾਦ ਕਰ ਲਓ ਜੀ, ਜੇਕਰ ਨਹੀਂ ਯਾਦ ਆਉਂਦਾ ਕਿ ਕਿਹੜਾ ਹੁਣ ਅਸੀਂ ਫਰਦਰ ਗਰੁੱਪ ਪੜ੍ਹਨਾ ਜਾਂ ਅਸੀਂ ਕਿਹੜਾ ਟੈਕਸੋਨ ਪੜ੍ਹਨਾ। ਸੋ ਫਾਈਲਮ ਜਿਹੜਾ ਹੈ ਉਹ ਕਿੰਗਡਮ ਤੋਂ ਬਾਅਦ ਹੀ ਆਉਂਦਾ, ਦੇਖੋ ਕਿਡਜ਼ ਪ੍ਰੈਫਰ, ਸੋ ਫਾਈਲਮ ਆਏਗਾ। ਫਾਈਲਮ ਜਿਹੜਾ ਹੈ, ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸੂੰਗੀ, ਉਹ ਇਹ ਹੈ, ਇੱਥੇ ਆਪਾਂ ਪਿੱਛੇ ਲਿਖ ਲੈਂਦੇ ਹਾਂ ਸਾਈਡ ਦੇ ਉੱਪਰ, ਇਹਨੂੰ ਸਾਈਡ 'ਤੇ ਕਰ ਦਿੰਦੇ ਹਾਂ, ਜਰਾ ਆਪਾਂ ਸਾਈਡ 'ਤੇ ਲਿਖ ਲੈਂਦੇ ਹਾਂ। ਯੈਸ, ਹੁਣ ਅਸੀਂ ਇੱਥੇ ਲਿਖ ਲੈਂਦੇ ਹਾਂ ਆਪਣੀ ਇੱਕ ਵਾਰ ਹਾਇਰਾਰਕੀ ਦੀਆਂ ਸਾਰੀਆਂ ਕੈਟੇਗਰੀਜ਼ ਨੂੰ। ਵੇਟ, ਨਾਲੇ ਇੱਕ ਵਾਰ ਰਿਵਾਈਜ਼ ਕਰੋ ਸਾਰੇ ਜਾਣੇ, ਕਿੰਗਡਮ, ਫਾਈਲਮ, ਕਲਾਸ, ਆਰਡਰ, ਫੈਮਿਲੀ, ਜੀਨਸ ਐਂਡ ਦੈਨ ਸਪੀਸ਼ੀਸ। ਦੇਖੋ ਕੁਛ ਗੜਬੜ ਤਾਂ ਨਹੀਂ ਹੈ, ਦੇਖੋ ਸਾਰੇ ਜਣੇ ਚੈੱਕ ਕਰੋ ਹਾਇਰਾਰਕੀ ਸਹੀ ਫੋਰਮ ਹੋਈ ਹੈ, ਕਿੰਗਡਮ, ਫਾਈਲਮ, ਕਲਾਸ, ਆਰਡਰ, ਫੈਮਿਲੀ, ਜੀਨਸ ਐਂਡ ਦੈਨ ਸਪੀਸ਼ੀਜ਼। ਇਸ ਹਾਇਰਾਰਕੀ ਦੇ ਅੰਦਰ ਤੁਸੀਂ ਦੇਖੋ ਕਿ ਫਾਈਲਮ ਤੋਂ ਨੀਚੇ ਕੀ ਹੈ, ਕਲਾਸ, ਕਲਾਸ ਤੋਂ ਨੀਚੇ ਆਰਡਰ, ਆਰਡਰ ਤੋਂ ਨੀਚੇ ਫੈਮਿਲੀ, ਫੈਮਿਲੀ ਤੋਂ ਨੀਚੇ ਜੀਨਸ, ਜੀਨਸ ਤੋਂ ਨੀਚੇ ਸਪੀਸ਼ੀਜ਼। ਹੁਣ ਤੁਸੀਂ ਬਸ ਇੱਥੋਂ ਇਹ ਯਾਦ ਕਰਦੇ ਜਾਣਾ ਕਿ ਜਦੋਂ ਤੁਸੀਂ ਕੋਈ ਡੈਫੀਨੇਸ਼ਨ ਸਾਈਟ ਕਰਨੀ ਹੈ ਤੁਸੀਂ ਉਹਨੂੰ ਕਹੋਗੇ ਬਈ ਇਹ ਇੱਕ ਜਿਹੜੀ ਕੈਟੇਗਰੀ ਦੀ ਅਸੀਂ ਗੱਲ ਕਰ ਰਹੇ ਹਾਂ, ਇੱਕ ਕਿਸੇ ਚੀਜ਼ ਦਾ ਗਰੁੱਪ ਹੈ, ਕਿਸ ਚੀਜ਼ ਦਾ ਗਰੁੱਪ ਹੈ। ਹੁਣ ਜੇ ਅਸੀਂ ਫਾਈਲਮ ਦੀ ਗੱਲ ਕਰ ਰਹੇ ਹਾਂ, ਸੋ ਫਾਈਲਮ ਕੀ ਹੈ, ਇਜ਼ ਅ ਗਰੁੱਪ ਆਫ, ਉਸ ਤੋਂ ਨੀਚੇ ਕੀ ਲਿਖਿਆ ਮੈਂ, ਕਲਾਸਿਸ, ਠੀਕ ਹੈ। ਸੋ ਡਿਫਰੈਂਟ ਕਲਾਸਿਸ ਆਫ ਔਰਗੇਨਿਜ਼ਮਸ ਦੇ ਗਰੁੱਪ ਨੂੰ ਅਸੀਂ ਕੀ ਬੋਲਦੇ ਹਾਂ, ਫਾਈਲਮ ਬੋਲਦੇ ਹਾਂ। ਡਿਫਰੈਂਟ ਕਲਾਸਿਸ ਜਿਹੜੀਆਂ ਨੇ ਔਰਗੇਨਿਜ਼ਮਸ ਦੀਆਂ ਉਹਨਾਂ ਦੇ ਕਲੈਕਟਿਵ ਗਰੁੱਪ ਨੂੰ, ਮਤਲਬ ਵੈਸੇ ਤਾਂ ਉਹਦੇ ਅੰਦਰ ਫਾਈਲਮ ਦੇ ਅੰਦਰ ਸਭ ਗਰੁੱਪਸ ਨੇ, ਤੁਸੀਂ ਸਮਝ ਕੇ ਚੱਲੋ, ਫਾਈਲਮ ਦੇ ਅੰਦਰ, ਫਾਈਲਮ ਇੱਕ ਵੱਡਾ ਗਰੁੱਪ ਹੈ, ਉਸਦੇ ਅੰਦਰ ਸਭ ਗਰੁੱਪਸ ਨੇ, ਜਿਹੜੇ ਉਹ ਸਭ ਗਰੁੱਪਸ ਨੇ ਉਹਨਾਂ ਨੂੰ ਅਸੀਂ ਕਲਾਸਿਸ ਬੋਲ ਰਹੇ ਹਾਂ, ਠੀਕ ਹੈ ਜੀ। ਹੁਣ ਇਹਨਾਂ ਕਲਾਸਿਸ ਦੇ ਅੰਦਰ ਫਿਰ ਜਿਹੜੀ ਵੱਖਰੀ ਵੱਖਰੀ ਕਲਾਸ ਹੈ, ਡਿਫਰੈਂਟ ਕਲਾਸਿਸ ਨੇ ਨਾ, ਉਹ ਡਿਫਰੈਂਟ ਕਲਾਸਿਸ ਦੇ ਅੰਦਰ ਡਿਫਰੈਂਟ ਹੀ ਔਰਗੇਨਿਜ਼ਮਸ ਹੋਣਗੇ, ਇਹ ਗੱਲ ਦਾ ਧਿਆਨ ਰੱਖਾਂਗੇ ਅਸੀਂ। ਸੋ ਫਾਈਲਮ ਦੇ ਅੰਦਰ ਜਿੰਨੀਆਂ ਡਿਫਰੈਂਟ ਕਲਾਸਿਸ ਨੇ ਉਹਨਾਂ ਦੇ ਅੰਦਰ ਜਿਹੜੇ ਡਿਫਰੈਂਟ ਔਰਗੇਨਿਜ਼ਮਸ ਹੋਣਗੇ ਉਹਨਾਂ ਦੇ ਆਪਸ 'ਚ ਕੈਰੈਕਟਰਸ ਜਿਹੜੇ ਨੇ ਉਹ ਬਹੁਤ ਘੱਟ ਮੈਚ ਹੋਣਗੇ। ਇੱਕ ਕਲਾਸ ਦੇ ਔਰਗੇਨਿਜ਼ਮ ਦੇ ਕੈਰੈਕਟਰਸ ਆਪਸ 'ਚ ਜ਼ਿਆਦਾ ਮੈਚ ਕਰਨਗੇ। ਫਾਈਲਮ ਹੈ ਨਾ, ਉਹ ਕਿੰਗਡਮ ਤੋਂ ਜ਼ਿਆਦਾ ਸਪੈਸੀਫਿਕ ਹੈ,
विकल्प भी याद रखियो, जो फाइलम है वो की है मोर स्पेसिफिक देन किंगडम। एदा की मतलब है कि मतलब किंगडम दे नालों यह थोड़ा ज़्यादा ध्यान देगा इस चीज़ के ऊपर कि असी कैरेक्टर्स नू सिमिलर करिए। ठीक है, सो इस दे अंदर असी एक एग्जाम्पल लेके पढ़ रहे हैं, जिमें फाइलम कॉर्डेटा की आप गल कर लें। फाइलम जिहड़ा है कॉर्डेटा, कॉर्डेटा के अंदर तुम पढ़ सकते हो कॉन्ड्रिक्थीस, असी फिशिज के बारे पढ़ा। मैं की सिखाया सीगा भी जो असी डेफिनेशन साइड कर रहे हैं कि कह दवांगे कि एक ग्रुप है, उस तो बिल्कुल जो नीचे कैटेगरी पई है ओदा, फिर ऑर्डर की होगा ग्रुप ऑफ रिलेटेड फैमिलीज, मतलब जेडियां फैमिलीज आपस च रिलेटेड होणगियां उन्हां दे एक बड़े जे ग्रुप नूं असी की कह देंगे जी, ऑर्डर कह देंगे। की कह देंगे? ऑर्डर कह देंगे। सो ऑर्डर इज वॉट? ऑर्डर इज अ ग्रुप ऑफ रिलेटेड फैमिलीज। ठीक है जी, सो रिलेटेड फैमिलीज दे ग्रुप नूं असी की कह देंगे? ऑर्डर कह देंगे। अते हुण नेक्स्ट कैटेगरी दे वल, दैट इज वॉट? फैमिली। सो फैमिली दे अंदर असी की कहांगे भी फैमिली की है? ग्रुप ऑफ रिलेटेड जेनरा। मैं बोल रहा रिलेटेड जेनरा, इस चीज से भी ध्यान देना। फैमिली इज वॉट? ग्रुप ऑफ रिलेटेड जेनरा। जेनरा बोलिया जीनस बोलिया एक ही गल है। सो जो जेनरा है, मैं बोलिया रिलेटेड होंगे। रिलेटेड आप शुरू के एक गल कवर करी सी, ਆਪਾਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ, ਉਹ ਕੀ ਸੀ ਵੀ ਜਿਵੇਂ ਹੀ ਅਸੀਂ ਡਾਊਨਵਰਡ ਜਾਵਾਂਗੇ ਤਾਂ ਸਿਮਿਲੈਰਿਟੀਜ਼ ਕੀ ਹੋਣਗੀਆਂ? ਇਨਕਰੀਜ਼ ਹੋਣਗੀਆਂ। ਸੋ ਇੱਥੇ ਜਿਹੜੇ ਡਿਫਰੈਂਟ ਜੈਨਰਾ ਹੋਣਗੇ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼ ਜ਼ਿਆਦਾ ਹੋਣਗੀਆਂ, ਉਹ ਓਨੇ ਹੀ ਜ਼ਿਆਦਾ ਰਿਲੇਟਡ ਹੋਣਗੇ ਆਪਸ ਦੇ ਵਿੱਚ। ਸੋ ਇੱਥੇ ਇਸ ਕਰਕੇ ਮੈਂ ਲਿਖਿਆ ਰਿਲੇਟਡ ਜੈਨ। ਜੇ ਹੁਣ ਅਸੀਂ ਗੱਲ ਕਰੀਏ ਫੈਮਿਲੀ ਦੀ, ਫੈਮਿਲੀ ਦੇ ਅੰਦਰ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਫੈਮਿਲੀ ਫੈਲੀਡੇ ਦੀ। ਠੀਕ ਹੈ ਜੀ, ਫੈਲੀਡੇ ਦੀ ਮੈਂ ਐਗਜ਼ਾਮਪਲ ਲੈ ਲੈਂਦੀ ਹਾਂ। ਫੈਲੀਡੇ ਬੇਸਿਕਲੀ ਕੀ ਹੈ? ਇੱਕ ਕੈਟ ਫੈਮਿਲੀ ਹੈ। ਪਲੀਜ਼ ਇਹਦੇ ਨਾਲ ਹੀ ਲਿਖ ਲਓ ਜੇ ਨਹੀਂ ਯਾਦ ਰਹਿੰਦਾ ਤੁਹਾਨੂੰ, ਇੱਕ ਕੈਟ ਫੈਮਿਲੀ ਹੈ। ਓਕੇ, ਇਹਦੇ ਅੰਦਰ ਅਸੀਂ ਸਾਰੀਆਂ ਕੈਟਸ ਨੂੰ ਰੱਖਿਆ ਹੋਇਆ। ਹੁਣ ਇੱਥੇ ਸਾਡੇ ਕੋਲ ਫੈਲੀਡੇ ਦੇ ਅੰਦਰ ਕਿਹੜੇ ਕਿਹੜੇ ਜੈਨਰਾ ਹੋ ਸਕਦੇ ਨੇ? ਸਾਡੇ ਕੋਲ ਬੇਸਿਕਲੀ ਜੀਨਸ ਪੈਂਥਰਾ ਦੀ ਅਸੀਂ ਗੱਲ ਕਰ ਸਕਦੇ ਹਾਂ, ਪੈਂਥਰਾ, ਜਾਂ ਫਿਰ ਅਸੀਂ ਜੀਨਸ ਲੈ ਸਕਦੇ ਹਾਂ ਫੇਲਿਸ। ਠੀਕ ਹੈ, ਫੇਲਿਸ। ਹੁਣ ਇੱਥੇ ਫੈਮਿਲੀ ਫੈਲੀਡੇ ਜਿਹੜੀ ਹੈ ਉਹਦੇ ਵਿੱਚ ਮੈਂ ਕੀ ਬੋਲਿਆ? ਸਾਰੀਆਂ ਕੈਟਸ ਹੋਣਗੀਆਂ। ਹੁਣ ਫੈਮਿਲੀ ਕੀ ਹੁੰਦੀ ਹੈ? ਗਰੁੱਪ ਹੈ ਰਿਲੇਟਡ ਜੈਨਰਾ ਦਾ। ਹੁਣ ਦੇਖੋ, ਮੈਂ ਬੋਲਿਆ ਸਾਰੀਆਂ ਕੈਟਸ ਨੇ, ਇਹਦਾ ਮਤਲਬ ਉਹਨਾਂ ਦੇ ਵਿੱਚ ਕੁਛ ਨਾ ਕੁਛ ਰੈਲੇਟਿਵਿਟੀ ਹੈ। ਸੋ ਜਿੰਨੀਆਂ ਵੀ ਕੈਟਸ ਹੋਣਗੀਆਂ ਉਹਨਾਂ ਨੂੰ ਉਹਨਾਂ ਦੇ ਸਾਈਜ਼ ਦੇ ਅਕੋਰਡਿੰਗ ਜ਼ਰਾ ਡਿਫਰੈਂਸ਼ੀਏਟ ਕਰੀਏ। ਜੇਕਰ ਅਸੀਂ ਪੈਂਥੇਰਾ ਜੀਨਸ ਦੀ ਗੱਲ ਕਰੀਏ, ਇੱਕ ਇੱਦਾਂ ਦਾ ਜੀਨਸ ਹੈ ਜਿਸ ਦੇ ਅੰਦਰ ਅਸੀਂ ਬੇਸਿਕਲੀ ਬੜੇ ਸਾਈਜ਼ ਦੀਆਂ ਕੈਟਸ ਨੂੰ ਦੇਖਦੇ ਹਾਂ, ਅਤੇ ਜਿਹੜਾ ਫੇਲਿਸ ਹੈ ਇਹਦੇ ਅੰਦਰ ਅਸੀਂ ਉਹ ਵਾਲੀਆਂ ਕੈਟਸ ਦੇਖਾਂਗੇ ਜਿਹੜੀਆਂ ਕਿ ਨੇ ਮੀਡੀਅਮ ਸਾਈਜ਼ ਦੀਆਂ ਹੁੰਦੀਆਂ।
ਜਿਵੇਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਬਿੱਲੀਆਂ ਫਿਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਰੱਖ ਸਕਦੇ ਹਾਂ, ਜੰਗਲੀ ਬਿੱਲੀਆਂ ਵੀ ਹੋ ਸਕਦੀਆਂ ਨੇ, ਠੀਕ ਹੈ, ਵਾਈਲਡ ਕੈਟਸ। ਸੋ ਬੇਸਿਕਲੀ ਪੈਂਥੇਰਾ ਦੇ ਨਾਮ ਤੋਂ ਹੀ ਸਾਨੂੰ ਇੰਡੀਕੇਟ ਹੋ ਰਿਹਾ ਕੁਛ। ਪੈਂਥੇਰਾ ਬੇਸਿਕਲੀ ਅਸੀਂ ਲਾਇਨਸ ਦੀ ਗੱਲ ਕਰਾਂਗੇ, ਟਾਈਗਰਸ ਦੀ ਗੱਲ ਕਰਾਂਗੇ ਇੱਥੇ ਅਸੀਂ। ਸੋ ਇੱਥੇ ਜੇ ਅਸੀਂ ਇੱਕ ਟਾਈਗਰ ਨੂੰ ਕੰਪੇਅਰ ਕਰੀਏ ਇੱਕ ਕੈਟ ਦੇ ਨਾਲ ਤਾਂ ਕਿੰਨਾ ਜ਼ਿਆਦਾ ਡਿਫਰੈਂਸ ਹੈ। ਟਾਈਗਰ ਦਾ ਕਿੰਨਾ ਬੜਾ ਸਾਈਜ਼ ਹੁੰਦਾ ਅਤੇ ਕੈਟ ਦਾ ਕਿੰਨਾ ਛੋਟਾ ਜਿਹਾ ਸਾਈਜ਼ ਹੈ। ਸੋ ਦੋਨਾਂ ਨੂੰ ਜੇ ਅਸੀਂ ਉਹਨਾਂ ਦੀ ਮੋਫੋਲੋਜੀ ਦੇ ਬੇਸਿਸ 'ਤੇ ਜਾਂ ਸਾਈਜ਼ ਦੇ ਬੇਸ 'ਤੇ ਡਿਫਰੈਂਸ਼ੀਏਟ ਕਰੀਏ ਤਾਂ ਡਿਫਰੈਂਸ਼ੀਏਟ ਹੋ ਸਕਦੇ ਨੇ, ਪਰ ਉਹਨਾਂ ਦੀਆਂ ਈਟਿੰਗ ਹੈਬਿਟਸ ਨੂੰ ਦੇਖ ਜੇਕਰ ਅਸੀਂ ਦੇਖੀਏ ਤਾਂ ਦੋਨੋਂ ਹੀ ਕਾਰਨੀਵੋਰਸ ਨੇ ਇਨ ਨੇਚਰ, ਸਿਮਿਲੈਰਿਟੀ ਹੈ ਨਾ। ਸੋ ਇਸ ਅਕੋਰਡਿੰਗ ਅਸੀਂ ਉਹਨਾਂ ਨੂੰ ਕਲਾਸੀਫਾਈ ਕੀਤਾ ਹੋਇਆ। ਸੋ ਇਸ ਚੀਜ਼ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਔਰਗੈਨਿਜ਼ਮ ਦੇ ਅੰਦਰ ਸਿਮਿਲੈਰਿਟੀਜ਼ ਹੋ ਕੇ ਵੀ ਡਿਫਰੈਂਸਿਸ ਹੋ ਸਕਦੇ ਨੇ। ਸੋ ਇੱਥੇ ਅਸੀਂ ਫੈਮਿਲੀ ਦੇ ਅੰਦਰ ਰਿਲੇਟਡ ਜੈਨਰਾ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸੋ ਇਹ ਇਗਜ਼ਾਮਪਲ ਸੂਟੇਬਲ ਇਗਜ਼ਾਮਪਲ ਹੈ ਕਿ ਅਸੀਂ ਪੈਂਥੇਰਾ ਜੀਨਸ ਨੂੰ ਫੇਲੀਅਸ ਦੇ ਨਾਲੋਂ ਵੱਖਰਾ ਕਰਕੇ ਦਿਖਾ ਦਈਏ। ਪੈਂਥੇਰਾ ਦੇ ਅੰਦਰ ਅਸੀਂ ਸਾਰੀਆਂ ਵੱਡੇ ਸਾਈਜ਼ ਦੀਆਂ ਕੈਟਸ ਦੇ ਬਾਰੇ ਗੱਲ ਕਰਾਂਗੇ, ਜਿਵੇਂ ਕਿ ਅਸੀਂ ਕਿਹਦੀ ਗੱਲ ਕਰ ਸਕਦੇ ਹਾਂ ਇੱਥੇ, ਟਾਈਗਰ ਦੀ ਗੱਲ ਕਰ ਸਕਦੇ ਹਾਂ ਅਸੀਂ, ਲੈਪਰਡ ਦੀ ਗੱਲ ਕਰ ਸਕਦੇ ਹਾਂ ਅਸੀਂ, ਜੈਗੁਆਰ ਦੀ ਗੱਲ ਕਰ ਸਕਦੇ ਹਾਂ ਅਸੀਂ, ਜੈਗੁਆਰ ਲਾਈਨ ਦੀ ਗੱਲ ਕਰ ਸਕਦੇ ਹਾਂ ਅਸੀਂ। ਜੇਕਰ ਫੇਰੀਜ਼ ਦੀ ਗੱਲ ਕਰੀਏ ਤਾਂ ਜਿਹੜੀਆਂ ਕਾਮਨਲੀ ਮਿਲਦੀਆਂ ਨੇ ਕੈਟਸ, ਅਸੀਂ ਉਹਨਾਂ ਦੀ ਗੱਲ ਕਰ ਸਕਦੇ ਹਾਂ। ਸੋ ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਫੈਮਿਲੀ ਫੈਰੀਡੀਏ ਦੇ ਅੰਦਰ ਅਸੀਂ ਕਿਹੜੇ ਕਿਹੜੇ ਜੈਨਰਾ ਪੜ੍ਹ ਸਕਦੇ ਹਾਂ, ਪੈਂਥੇਰਾ ਅਤੇ ਫੇਰੀਜ਼, ਅਤੇ ਫਿਰ ਕੀ ਹੈ ਫੈਮਿਲੀ, ਇੱਕ ਗਰੁੱਪ ਹੈ ਕਿਸ ਚੀਜ਼ ਦਾ, ਰਿਲੇਟਡ ਜੈਨਰਾ। ਅਤੇ ਅਸੀਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਕਿ ਫੈਮਿਲੀ ਕੈਨੇਡੀ ਦੀ ਐਗਜ਼ਾਮਪਲ ਲੈ ਸਕਦੇ ਹਾਂ। ਇਹ ਵੀ ਇੱਕ ਫੈਮਿਲੀ ਹੈ, ਕਿਉਂਕਿ ਭੁੱਲਣਾ ਲੈਣਾ। ਇਸਦੇ ਅੰਦਰ ਅਸੀਂ ਸਾਰੇ ਡੋਗ ਐਂਡ ਫੋਕਸ ਨੂੰ ਕਵਰ ਕਰ ਸਕਦੇ ਹਾਂ, ਫੋਕਸ ਦੀ ਗੱਲ ਕਰ ਸਕਦੇ ਹਾਂ, ਡੋਗਸ ਐਂਡ ਫੋਕਸਿਸ ਅਸੀਂ ਕੈਨੇਡੇ ਫੈਮਿਲੀ ਦੇ ਅੰਦਰ ਪੜ੍ਹਦੇ ਹਾਂ। ਸੋ ਇਸ ਚੀਜ਼ ਨੂੰ ਵੀ ਅਸੀਂ ਯਾਦ ਰੱਖਾਂਗੇ, ਇਸ ਚੀਜ਼ ਦਾ ਤੁਸੀਂ ਸਕਰੀਨਸ਼ੋਟ ਲੈ ਲਓ ਜੀ। ਵੱਧਦੇ ਹਾਂ ਜੀ ਹੁਣ ਅੱਗੇ, ਅੱਗੇ ਅਸੀਂ ਕਵਰ ਕਰਾਂਗੇ ਜੀਨਸ ਦੇ ਬਾਰੇ। ਫੈਮਿਲੀ ਅਸੀਂ ਕਵਰ ਕਰ ਲਿਆ, ਹੁਣ ਅਸੀਂ ਜੀਨਸ ਨੂੰ ਕਵਰ ਕਰਾਂਗੇ। ਤਾਂ ਪਹਿਲਾਂ ਅਸੀਂ ਇਸ ਚੀਜ਼ ਨੂੰ ਹਟਾ ਦਈਏ, ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਇਹ ਨੋਟ ਕਰ ਲਿਆ ਹੋਊਗਾ। ਸੋ ਅੱਗੇ ਅਸੀਂ ਪੜ੍ਹਾਂਗੇ ਜੀ ਜੀਨਸ ਦੇ ਬਾਰੇ। ਸੋ ਜੀਨਸ ਦੀ ਡੈਫੀਨੇਸ਼ਨ ਸਾਈਟ ਕਰਨ ਦੀ ਕੋਸ਼ਿਸ਼ ਕਰੋ, ਕੀ ਹੋਊਗੀ ਜੀਨਸ ਦੀ ਡੈਫੀਨੇਸ਼ਨ ਤੁਹਾਡੇ ਅਕੋਰਡਿੰਗ। ਜੀਨਸ ਕੀ ਹੈ? ਜੀਨਸ ਕੀ ਹੋਊਗਾ? ਗਰੁੱਪ ਆਫ ਰਿਲੇਟਡ ਸਪੀਸੀਜ਼, ਠੀਕ ਹੈ। ਸੋ ਗਰੁੱਪ ਆਫ ਰਿਲੇਟਡ ਸਪੀਸੀਜ਼, ਠੀਕ ਹੈ। ਉਸ ਚੀਜ਼ ਨੂੰ ਅਸੀਂ ਕੀ ਕਹਾਂਗੇ? ਉਹਨੂੰ ਅਸੀਂ ਕਹਾਂਗੇ ਜੀਨਸ। ਸੋ ਰਿਲੇਟਡ ਸਪੀਸੀਜ਼ ਦੇ ਗਰੁੱਪ ਨੂੰ ਅਸੀਂ ਕਹਿੰਦੇ ਹਾਂ ਜੀਨਸ। ਜੀਨਸ ਦੇ ਅੰਦਰ ਅਸੀਂ ਇਗਜ਼ਾਮਪਲ ਅਗਰ ਲਈਏ ਤਾਂ ਪੋਟੈਟੋ ਅਤੇ ਬ੍ਰਿੰਜਲ ਦੀ ਲੈ ਸਕਦੇ ਹਾਂ, ਜਿਹੜੇ ਤੁਸੀਂ ਖਾਂਦੇ ਰਹਿੰਦੇ ਹੋ ਸੁਬਹਾ ਤੋਂ ਸ਼ਾਮ ਤੱਕ, ਆਲੂ ਦੇ ਪਰੌਂਠੇ ਖਾ ਲਏ, ਚਿਪਸ ਖਾ ਲਏ ਆ। ਸੋ ਜੀਨਸ ਦੀ ਇਗਜ਼ਾਮਪਲ ਲਈਏ ਅਗਰ, ਸੋਲਨਮ ਕੀ ਹੈ? ਜੀਨਸ। ਜੀਨਸ ਦੇ ਅੰਦਰ ਅੱਗੇ ਅਸੀਂ ਕੀ ਕਿਹਾ ਵੀ ਜੀਨਸ ਕੀ ਹੈ? ਗਰੁੱਪ ਹੈ ਸਪੀਸੀਜ਼ ਦਾ। ਸੋ ਸਪੀਸੀਜ਼ ਦੀ ਕਿਹੜੀ ਇਗਜ਼ਾਮਪਲ ਲੈ ਕੇ ਚੱਲੀਏ ਇਹਦੇ ਅੰਦਰ? ਸੋਲਨਮ ਦੇ ਅੰਦਰ ਅਸੀਂ ਹੁਣੀ ਹੁਣੀ ਇਗਜ਼ਾਮਪਲ ਕਿਸ ਚੀਜ਼ ਦੇ ਲਈ ਅਸੀਂ ਕਿਹਾ ਵੀ ਪੋਟੈਟੋ ਅਤੇ ਬ੍ਰਿੰਜਲ ਦੀ। ਸੋ ਸੋਲਨਮ ਦੇ ਅੰਦਰ ਸਾਡੇ ਕੋਲ ਦੋ ਚੀਜ਼ਾਂ ਹੋ ਸਕਦੀਆਂ ਨੇ, ਮਤਲਬ ਦੋ ਸਪੀਸੀਜ਼ ਦੀ ਗੱਲ ਕਰ ਲਈ ਆਪਾਂ ਅਗਰ, ਮੈਲਨ ਜਨਾ। ਸੋ ਸੋਲਨਮ ਦੇ ਅੰਦਰ ਸਾਡੇ ਕੋਲ ਐਗਜ਼ਾਮਪਲ ਹੈਗੀ ਹੈ ਮੈਲਨ ਜੀਨਾ, ਅਤੇ ਨਾਲ ਹੈਗੀ ਹੈ ਸਾਡੇ ਕੋਲ ਟਿਊਬਰੋਸਮ।
ਟਿਊਬਰੋਸ ਠੀਕ ਹੈ ਜੀ ਮੈਲਮ ਜਿਨ੍ਹਾਂ ਦੇ ਅੰਦਰ ਕੌਣ ਹੈ ਬ੍ਰਿੰਜਲ ਠੀਕ ਹੈ ਜੀ ਸੋ ਟਿਊਬਰੋਸਮ ਦੇ ਅੰਦਰ ਕੀ ਹੋਏਗਾ ਪੋਟੈਟੋ ਆਲੂ ਠੀਕ ਹੈ ਵਹੀ ਬਾਤ ਫਿਰ ਆਲੂ ਕਚਾਲੂ ਬੇਟਾ ਕਿਆ ਕਰ ਰਹੇ ਥੇ ਬੈਂਗਨ ਕੀ ਟੋਕਰੀ ਮੇ ਸੋ ਰਹੇ ਥੇ ਬੈਂਗਨ ਨੇ ਹਮਾਰੀ ਲਾਤ ਰੋਣੇ ਲਗੇ ਆਓ ਵਾਪਿਸ ਸੋ ਬੈਂਗਨ ਅਤੇ ਆਲੂ ਕਿਵੇਂ ਮਿਲ ਕੇ ਇੱਕ ਜੀਨਸ ਫੋਰਮ ਕਰ ਰਹੇ ਨੇ ਕੋਮਨ ਜਿਹੜਾ ਹੈ ਜਿਹਦਾ ਨਾਮ ਕੀ ਹੈ ਸੋਲੇਨਮ ਇਸੇ ਕਰਕੇ ਆਲੂ ਬੈਂਗਨ ਦੀ ਟੋਕਰੀ 'ਚ ਗਿਆ ਸੀ ਕੀ ਕਰਨ ਗਿਆ ਸੀ ਸੋਲੇਨਮ ਨਾਮ ਦਾ ਜੀਨਸ ਫੋਰਮ ਕਰਨ ਗਿਆ ਸੀ ਸੋ ਹੁਣ ਅਸੀਂ ਪੜ੍ਹਾਂਗੇ ਸਾਡੇ ਲਾਸਟ ਕੈਟੇਗਰੀ ਦੇ ਬਾਰੇ ਜੋ ਕਿ ਕੀ ਹੈ ਸਪੀਸ਼ੀਜ਼ ਜੋ ਕਿ ਕੀ ਹੈ ਸਪੀਸ਼ੀਜ਼ ਹੁਣ ਮੈਡਮ ਕਿਸ ਚੀਜ਼ ਦਾ ਗਰੁੱਪ ਬਣਾਵਾਂਗੇ ਕਿਉਂਕਿ ਇਸ ਤੋਂ ਨੀਚੇ ਤਾਂ ਕੋਈ ਕੈਟੇਗਰੀ ਹੀ ਨਹੀਂ ਹੈ ਸੋ ਸਪੀਸ਼ੀਜ਼ ਇੱਕ ਇੱਦਾਂ ਦੀ ਕੈਟੇਗਰੀ ਹੈ ਜਿਸ ਦੇ ਵਿੱਚ ਇੰਡੀਵਿਜੁਅਲਸ ਨੂੰ ਉਹਨਾਂ ਇੰਡੀਵਿਜੁਅਲਸ ਨੂੰ ਰੱਖਿਆ ਜਾਊਗਾ ਜਿਹੜੇ ਮੋਫੋਲੋਜੀਕਲੀ ਸਿਮਿਲਰ ਹੋਣਗੇ ਅਤੇ ਜਿਹੜੇ ਫਰੀਲੀ ਇੰਟਰਬਰੀਡ ਕਰ ਸਕਣਗੇ ਅਤੇ ਆਪਣੇ ਬੱਚੇ ਪੈਦਾ ਕਰ ਸਕਦੇ ਹੋਣਗੇ ਸੋ ਗਰੁੱਪ ਆਫ ਇੰਡੀਵਿਜੁਅਲ ਔਰਗੈਨਿਜ਼ਮਸ ਲਿਖ ਲੈਂਦੇ ਹਾਂ ਅਸੀਂ ਗਰੁੱਪ ਆਫ ਇੰਡੀਵਿਜੁਅਲ ਔਰਗੈਨਿਜ਼ਮਸ ਜਿਨ੍ਹਾਂ ਦੇ ਵਿੱਚ ਕੀ ਹੈ ਮੋਫੋਲੋਜੀਕਲ ਸਿਮਿਲੈਰਿਟੀਜ਼ ਨੇ ਵਿਦ ਮੋਫੋਲੋਜੀਕਲ ਮੋਫੋਲੋਜੀਕਲ ਮਤਲਬ ਬਾਹਰੀ ਗੁਣ ਬਾਡੀ ਸਟਰਕਚਰ ਸੇਮ ਹੋ ਸਕਦਾ ਵਿਦ ਮੋਫੋਲੋਜੀਕਲ ਵਿਦ ਮੋਫੋਲੋਜੀਕਲ ਕੈਰੈਕਟਰਸ ਅਤੇ ਫਿਰ ਇੱਕ ਹੋਰ ਚੀਜ਼ ਕਰ ਸਕਦੇ ਨੇ ਐਂਡ ਆਰ ਐਂਡ ਕੈਨ ਫਰੀਲੀ ਇੰਟਰਪ੍ਰੀਟ ਐਂਡ ਕੈਨ ਫਰੀਲੀ ਇੰਟਰ ਇੰਟਰ ਮਤਲਬ ਆਪਣੇ ਆਪਣੇ ਗਰੁੱਪ ਵਿੱਚ ਇੰਟਰਬ੍ਰੀਡ ਟੂ ਫੋਰਮ ਕੀ ਫੋਰਮ ਕਰਨਗੇ ਜੀ ਫਿਰ ਆਪਣੇ ਬੱਚੇ ਆਫਸਪ੍ਰਿੰਗਸ ਠੀਕ ਹੈ ਆਫਸਪ੍ਰਿੰਗਸ ਐਗਜ਼ਾਮਪਲ ਵਜੋਂ ਜੇ ਅਸੀਂ ਗੱਲ ਕਰੀਏ ਹੋਮੋ ਕੀ ਹੈ ਇੱਕ ਜੀਨਸ ਹੈ ਇਸ ਜੀਨਸ ਦੇ ਅੰਦਰ ਕਿਹੜੇ ਕਿਹੜੇ ਗਰੁੱਪਸ ਹੋ ਸਕਦੇ ਨੇ ਇਰੈਕਟਸ ਸੇਪੀਅਨਸ ਹੈਬਿਲਸ ਠੀਕ ਹੈ ਜੀ ਸੋ ਇੱਦਾਂ ਸਾਡੇ ਕੋਲ ਡਿਫਰੈਂਟ ਕੀ ਹੋ ਸਕਦੇ ਨੇ ਸਪੀਸ਼ੀਜ਼ ਹੋ ਸਕਦੇ ਨੇ ਇੱਕ ਐਗਜ਼ਾਮਪਲ ਅਸੀਂ ਇੱਥੇ ਹੋਰ ਲੈ ਸਕਦੇ ਹਾਂ ਜਿਵੇਂ ਕਿ ਅਸੀਂ ਪੈਂਥੇਰਾ ਲੀਓ ਦੀ ਗੱਲ ਕਰੀਏ ਪੈਂਥੇਰਾ ਜਿਹੜਾ ਹੈ ਉਹ ਕੀ ਹੈ ਇੱਕ ਜੀਨਸ ਹੈ ਅਤੇ ਲੀਓ ਕੀ ਹੈ ਇੱਕ ਸਪੀਸ਼ੀਜ਼ ਠੀਕ ਹੈ ਜੀ ਉਸੇ ਤਰੀਕੇ ਇੱਕ ਐਗਜ਼ਾਮਪਲ ਇਹਦੇ ਨਾਲ ਹੋਰ ਵੀ ਹੋ ਸਕਦੀ ਹੈ ਪੈਂਥੇਰਾ ਟਾਈਗਰਸ ਉਹ ਕਿਸ ਚੀਜ਼ ਦੀ ਐਗਜ਼ਾਮਪਲ ਹੈ ਇੱਥੇ ਵੀ ਪੈਂਥੇਰਾ ਕੀ ਹੈ ਜੀਨਸ ਅਤੇ ਟਾਈਗਰਸ ਕੀ ਹੈ ਇੱਕ ਸਪੀਸ਼ੀਜ਼ ਦੇ ਉੱਪਰ ਤੁਹਾਨੂੰ ਇੱਕ ਟੇਬਲ ਡਿਸਪਲੇ ਹੋ ਰਿਹਾ ਇਹ ਟੇਬਲ ਤੁਹਾਡੀ ਐਨ ਸੀ ਆਰ ਟੀ ਦੇ ਵਿੱਚੋਂ ਹੈ ਇਸ ਟੇਬਲ ਦੇ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਔਰਗੈਨਿਜ਼ਮਸ ਦੀ ਇੱਕ ਹਾਇਰਾਰਕੀ ਬਣਾ ਕੇ ਦਿਖਾਈ ਹੋਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਦੇ ਕੋਮਨ ਨੇਮ ਨੂੰ ਲਿਖਿਆ ਹੋਇਆ ਫਿਰ ਉਸੇ ਔਰਗੈਨਿਜ਼ਮ ਦਾ ਬਾਇਓਲੋਜੀਕਲ ਨੇਮ ਲਿਖਿਆ ਫਿਰ ਜੀਨਸ ਲਿਖਿਆ ਫਿਰ ਫੈਮਿਲੀ ਫਿਰ ਆਰਡਰ ਫਿਰ ਕਲਾਸ ਫਿਰ ਫਾਈਲਮ ਡਿਵੀਜ਼ਨ ਕਿੰਗਡਮ ਨਹੀਂ ਲਿਖਿਆ ਹੋਇਆ ਠੀਕ ਹੈ ਸੋ ਇੱਥੇ ਅਸੀਂ ਦੇਖਾਂਗੇ ਜੇ ਸਭ ਤੋਂ ਪਹਿਲਾਂ ਅਸੀਂ ਮੈਨ ਦੀ ਗੱਲ ਕਰੀਏ ਮੈਨ ਦੇ ਲਈ ਬਾਇਓਲੋਜੀਕਲ ਨੇਮ ਜਿਹੜਾ ਹੈ ਉਹ ਕੀ ਹੈ ਹੋਮੋਸੇਪੀਅਨਸ
ਹੈ ਨਾ। ਸੋ ਇੱਥੋਂ ਦੀ ਇੱਕ ਚੀਜ਼ ਤਾਂ ਸਾਨੂੰ ਬੜੇ ਆਰਾਮ ਨਾਲ ਕਲੀਅਰ ਹੋ ਜਾਂਦੀ ਹੈ ਕਿ ਹੋਮੋ ਕੀ ਸੀਗਾ। ਵੈਰੀ ਫਸਟ ਲੈਕਚਰ ਅਸੀਂ ਸਿੱਖਿਆ ਸੀ ਕਿ ਜਿਹੜਾ ਸਾਇੰਟੀਫਿਕ ਨੇਮ ਹੈ ਉਹਦਾ ਜਿਹੜਾ ਫਸਟ ਕੰਪੋਨੈਂਟ ਹੋਏਗਾ ਉਹ ਕੀ ਸ਼ੋ ਕਰੇਗਾ, ਉਹ ਸ਼ੋ ਕਰੇਗਾ ਕਿ ਜੀਨਸ ਕੀ ਹੈ। ਔਰ ਜਿਹੜਾ ਸੈਕਿੰਡ ਕੰਪੋਨੈਂਟ ਹੋਏਗਾ ਉਹ ਕੀ ਸ਼ੋ ਕਰੇਗਾ ਕਿ ਸਪੈਸੀਫਿਕ ਐਪੀਥੈਟ ਕੀ ਹੈ ਜਾਂ ਫਿਰ ਸਪੀਸ਼ੀਜ਼ ਕੀ ਹੈ ਨਾ। ਸੋ ਇੱਥੋਂ ਹੋਮੋ ਕੀ ਹੈ, ਹੁਣੇ ਹੁਣੇ ਅਸੀਂ ਲਾਸਟ ਸਪੀਸ਼ੀਜ਼ ਦੇ ਬਾਰੇ ਜਦੋਂ ਅਸੀਂ ਪੜ੍ਹਿਆ ਤਾਂ ਅਸੀਂ ਉੱਥੇ ਐਗਜ਼ਾਮਪਲ ਦੇਖੀ, ਹੋਮੋ ਕੀ ਇੱਕ ਜੀਨਸ ਹੈ, ਸੇਪੀਅਨਸ ਕੀ ਇੱਕ ਸਪੀਸ਼ੀ ਹੈ। ਸੋ ਇੱਥੋਂ ਅਸੀਂ ਕਲੀਅਰ ਕਰ ਲਿਆ। ਇਸੇ ਤਰ੍ਹਾਂ ਬਾਕੀ ਆਰਗੇਨਿਜ਼ਮ ਦੇ ਨਾਮ ਵੀ ਇੱਦਾਂ ਹੀ ਨੇ। ਹੁਣ ਅਸੀਂ ਇਹ ਇੰਨੀਆਂ ਐਗਜ਼ਾਮਪਲਸ ਕਿਵੇਂ ਯਾਦ ਕਰੀਏ, ਕਿੰਨੇ ਅਜੀਬੋ ਗਰੀਬ ਨਾਮ ਨੇ ਜੋ ਸਾਨੂੰ ਨਹੀਂ ਯਾਦ ਹੋਣਗੇ। ਡਰਨਾ ਨਹੀਂ ਹੈ, ਨਿਮੋਨਿਕਸ ਬਣਾਏ ਨੇ, ਨਿਮੋਨਿਕਸ ਯਾਦ ਕਰਾਂਗੇ। ਤੁਹਾਨੂੰ ਸਕਰੀਨ ਦੇ ਉੱਪਰ ਇੱਕ ਫੋਟੋਗ੍ਰਾਫ ਦਿਖ ਰਹੀ ਹੈ, ਇਸ ਫੋਟੋਗ੍ਰਾਫ ਨੂੰ ਦੇਖ ਕੇ ਤੁਸੀਂ ਇਹ ਕਾਰਟੂਨ ਜੋ ਹੈ ਉਸਨੂੰ ਦੇਖ ਕੇ ਤੁਸੀਂ ਆਰਾਮ ਨਾਲ ਗੈਸ ਕਰ ਸਕਦੇ ਹੋ ਕਿ ਇਹ ਕਾਰਟੂਨ ਕਿਸ ਦਾ ਹੈ। ਇਹ ਕਾਰਟੂਨ ਸਾਡੇ ਪੀ ਐਮ ਜੀ ਦਾ ਹੈ ਜੀ, ਜਿਹਦੇ ਤੋਂ ਇੱਕ ਫਰੇਜ਼ ਸਾਨੂੰ ਯਾਦ ਆਉਂਦਾ ਹੈ, ਹਮਾਰਾ ਪੀ ਐਮ ਚਾਏ ਵਾਲਾ, ਹਮਾਰਾ ਪੀ ਐਮ ਚਾਏ ਵਾਲਾ। ਤੋ ਬਸ ਫਿਰ ਬਣ ਗਈ ਗੱਲ, ਉਸੇ ਨਿਮੋਨਿਕ ਨੂੰ ਯੂਜ਼ ਕਰਕੇ ਅਸੀਂ ਇੱਥੇ ਸਾਰੇ ਨਾਮ ਜਿਹੜੇ ਨੇ ਉਹ ਯਾਦ ਕਰ ਲੈਣੇ ਨੇ। ਇੱਕ ਨਿਮੋਨਿਕ ਹੋਰ ਅਸੀਂ ਇੱਥੇ ਯੂਜ਼ ਕਰ ਸਕਦੇ ਹਾਂ, ਉਹ ਕੀ ਹੈ, ਹਮਾਰਾ ਪੀ ਐਮ ਚੋਰ ਨਹੀਂ ਹੈ। ਮੈਨੇ ਨਹੀਂ ਕਿਹਾ ਚੋਰ ਹੈ, ਠੀਕ ਹੈ, ਇਹ ਤੁਹਾਡੇ, ਤੁਸੀਂ ਦੇਖੋ ਤੁਸੀਂ ਕੀ ਕਹਿਣਾ, ਹਮਾਰਾ ਪੀ ਐਮ ਚੋਰ ਨਹੀਂ ਹੈ, ਠੀਕ ਹੈ। ਸੋ ਕੋਈ ਵੀ ਨਿਮੋਨਿਕ ਤੁਸੀਂ ਯੂਜ਼ ਕਰ ਸਕਦੇ ਹੋ, ਜੇ ਮੈਂ ਇੱਥੇ ਲਿਖਾਂ ਹਮਾਰਾ, ਸੋਰੀ ਨਿਮੋਨਿਕ ਜੇਕਰ ਲਿਖੀਏ, ਹਮਾਰਾ ਪੀ ਐਮ ਚਾਏ ਵਾਲਾ ਜਾਂ ਫਿਰ ਹਮਾਰਾ ਹਮਾਰਾ ਪੀ ਐਮ ਚੋਰ ਨਹੀਂ ਹੈ, ਠੀਕ ਹੈ। ਸੋ ਇਹ ਨਿਮੋਨਿਕਸ ਨੂੰ ਅਸੀਂ ਕਿਵੇਂ ਯੂਜ਼ ਕਰਾਂਗੇ, ਹਮਾਰਾ ਦਾ ਐਚ ਦੇਖੋ ਕਿਸ ਚੀਜ਼ ਨੂੰ ਯਾਦ ਕਰਵਾਉਂਦਾ ਹੈ, ਹੋਮੋ, ਠੀਕ ਹੈ। ਅਤੇ ਇਹ ਇਸ ਚੀਜ਼ ਨੂੰ ਵੀ ਯਾਦ ਕਰਾਏਗਾ, ਫੈਮਿਲੀ ਤੋਂ ਸ਼ੁਰੂ ਕਰੋ ਤੁਸੀਂ ਇਹ ਨਿਮੋਨਿਕ, ਹਮਾਰਾ ਤੋਂ ਐਚ ਤੋਂ ਹੋਮਿਨੇ ਦੇ, ਠੀਕ ਹੈ, ਪੀ ਤੋਂ ਪ੍ਰਮਾਟਾ ਵਾਟਰ ਯਾਦ ਹੋ ਗਿਆ ਸਾਨੂੰ, ਐਮ ਤੋਂ ਮੈਮੇਲੀਆ, ਠੀਕ ਹੈ, ਸੀ ਤੋਂ ਸੀ ਐਚ ਤੋਂ ਦੇਖੋ ਕੋਰਡੇਟਾ ਹੋ ਗਿਆ ਯਾਦ। ਫੈਮਿਲੀ ਤੋਂ ਸ਼ੁਰੂ ਕਰ ਲੈਣਾ ਹਰ ਇੱਕ ਨਿਮੋਨਿਕ, ਠੀਕ ਹੈ ਜੀ। ਸੋ ਇਸ ਨਿਮੋਨਿਕ ਦੇ ਵਿੱਚ ਹਮਾਰਾ ਪੀ ਐਮ ਚਾਏ ਵਾਲਾ ਤੋਂ ਕਿਵੇਂ ਯਾਦ ਹੋ ਜਾਊਗਾ, ਐਚ ਤੋਂ ਹੋਮਿਨਿਡੇ, ਪੀ ਤੋਂ ਪ੍ਰਮਾਟਾ, ਐਮ ਤੋਂ ਮੈਮੇਲੀਆ, ਸੀ ਐਚ ਤੋਂ ਕੋਡੇਟਾ। ਜੇ ਇਹ ਵਾਲਾ ਯਾਦ ਕਰੀਏ, ਹਮਾਰਾ ਪੀ ਐਮ ਚੋਰ ਨਹੀਂ ਹੈ, ਹਮਾਰਾ ਪੀ ਐਮ ਚੋਰ ਨਹੀਂ ਹੈ। ਸੋ ਕਿਵੇਂ ਯਾਦ ਕਰਾਂਗੇ, ਸੇਮ ਐਚ ਤੋਂ ਅਸੀਂ ਕੀ ਯਾਦ ਕਰਾਂਗੇ, ਹੋਮਿਨਿਡੇ, ਪੀ ਤੋਂ ਪ੍ਰਮਾਟਾ, ਐਮ ਤੋਂ ਮੈਮੇਲੀਆ, ਫਿਰ ਸੀ ਐਚ ਤੋਂ ਦੁਬਾਰਾ ਕੋਡੇਟਾ। ਆਈ ਥਿੰਕ ਸਾਰਿਆਂ ਨੂੰ ਇਹ ਟ੍ਰਿਕ ਜਿਹੜੀ ਹੈ ਉਹ ਯੂਜ਼ਫੁੱਲ ਲੱਗੀ ਹੋਊਗੀ। ਜਲਦੀ ਤੋਂ ਜਲਦੀ ਇਹਦਾ ਸਕਰੀਨਸ਼ਾਟ ਲੈ ਲਓ ਅਤੇ ਉਹ ਕਾਰਟੂਨ ਵੀ ਤੁਹਾਡੇ ਲਈ ਹੈਲਪਫੁੱਲ ਹੋਊਗਾ, ਠੀਕ ਹੈ। ਸੋ ਨੈਕਸਟ ਅਸੀਂ ਫਿਰ ਦੇਖਦੇ ਹਾਂ ਕਿ ਹਾਊਸ ਫਲਾਈ ਨੂੰ ਅਸੀਂ ਕਿਵੇਂ ਯਾਦ ਕਰਾਂਗੇ। ਹੁਣ ਨੈਕਸਟ ਜਿਹੜਾ ਸਾਡਾ ਔਰਗੇਨਿਜ਼ਮ ਹੈ ਉਹ ਕਿਹੜਾ ਹੈ, ਕਾਮਨ ਨੇਮ ਹਾਊਸ ਫਲਾਈ, ਘਰ ਦੇ ਵਿੱਚ ਮਿਲਣ ਵਾਲੀਆਂ ਮੱਖੀਆਂ। ਜਦੋਂ ਵੀ ਮੱਖੀ ਆਉਂਦੀ ਹੈ ਕਿੰਨੀ ਗੰਦੀ ਜੀ ਸਾਊਂਡ ਪ੍ਰੋਡਿਊਸ ਕਰਦੀ ਹੈ ਨਾ, ਸੋ ਮਿਊਜ਼ਿਕ ਪ੍ਰੋਡਿਊਸ ਕਰਦੀ ਹੈ ਆਪਣੀ ਜਾਂਚ ਤਾਂ ਉਹ। ਉੱਥੇ ਆਪਾਂ ਇੱਕ ਨਿਮੋਨਿਕ ਇੱਦਾਂ ਹੀ ਬਣਾ ਲੈਂਦੇ ਹਾਂ, ਹਾਊਸ ਫਲਾਈ ਨੇ ਮਿਊਜ਼ਿਕ ਦੀਆ, ਕਿਸ ਕੋ ਦੀਆ, ਹਮੇ ਦੀਆ, ਕਿਉਂ ਦੀਆ, ਇਰੀਟੇਟ ਕਰਨੇ ਕੇ ਲੀਏ। ਸੋ ਹਾਊਸ ਫਲਾਈ
ਨੇ ਮਿਊਜ਼ਿਕ ਦਿਆ, ਇਹਨੂੰ ਇੱਦਾਂ ਲਿਖਦਾ ਡਿਫਰੈਂਟ ਡਿਫਰੈਂਟ ਤਾਂ ਫਿਰ ਤੁਹਾਨੂੰ ਯਾਦ ਹੋਜੂਗਾ। ਹਾਊਸ ਫਲਾਈ ਨੇ ਮਿਊਜ਼ਿਕ ਦਿਆ ਬਣਾ ਦਿਓ ਜੀ, ਫਿਰ ਹਾਊਸ ਫਲਾਈ ਕਾਮਨ ਨੇਮ ਇੱਦਾਂ ਹੀ ਯਾਦ ਹੋਜੂਗਾ, ਤੋ ਇਹ ਤਾਂ ਨਿਮੋਨਿਕ ਤੋਂ ਯਾਦ ਹੋਜੂਗਾ ਵੀ ਤੁਸੀਂ ਕਿਹਦੇ ਲਈ ਬਣਾਇਆ। ਹੁਣ ਮਿਊਜ਼ਿਕ ਤੋਂ ਯਾਦ ਕਰਾਂਗੇ ਅਸੀਂ ਮਿਊਸਿਡੇ, ਜੀਨਸ ਮਿਊਸਕਾ ਜਾਂ ਮਸਕਾ ਬੋਲਦੇ ਹਨ ਕੋਈ, ਸੋ ਮਿਊਸਿਕ ਮਿਊਜ਼ਿਕ ਤੋਂ ਅਸੀਂ ਯਾਦ ਕਰ ਲਾਂਗੇ ਮਿਊਸਿਡੇ ਫੈਮਿਲੀ, ਡੀ ਤੋਂ ਡੈਟਰਾ, ਆਈ ਤੋਂ ਇਨਸੈਕਟਾ, ਏ ਤੋਂ ਆਰਥਰੋਪੋਡਾ ਫਾਈਲਮ। ਹੁਣ ਇੱਥੇ ਇਹ ਕੀ ਇੱਕ ਐਨੀਮਲ ਦੀ ਕੈਟੇਗਰੀ 'ਚ ਫਾਲ ਕਰਦਾ, ਪਲਾਂਟ ਥੋੜ੍ਹੀ ਹੈ, ਸੋ ਫਾਈਲਮ ਦੀ ਗੱਲ ਕਰਾਂਗੇ ਅਸੀਂ ਫਾਈਲਮ। ਠੀਕ ਹੈ, ਵੱਧਦੇ ਹਾਂ ਨੈਕਸਟ ਨਿਮੋਨਿਕ ਦੇ ਬਾਅਦ, ਇਹਨੂੰ ਇਰੇਜ਼ ਕਰਨਾ ਪਏਗਾ, ਇਹਦਾ ਸਕਰੀਨਸ਼ਾਟ ਲਓ ਫਟਾਫਟ ਸਾਰੇ ਜਾਣੇ। ਹਾਂਜੀ, ਨੈਕਸਟ ਨਿਮੋਨਿਕ ਬਣਾਵਾਂਗੇ ਅਸੀਂ ਮੈਂਗੋ ਦੇ ਲਈ, ਕਿਹਦੇ ਲਈ, ਮੈਂਗੋ ਦੇ ਲਈ। ਹੁਣ ਮੈਂਗੋ ਦੇ ਲਈ ਤੁਸੀਂ ਯਾਦ ਕਰਿਓ, ਇੱਥੇ ਯਾਦ ਕਰੋ ਆਮ ਔਰ ਅਨਾਰ ਨੇ ਸਪਨਾ ਦੇਖਾ ਐਨਜੀਓ ਕਾ। ਠੀਕ ਹੈ, ਐਵੇਂ ਯਾਦ ਕਰੋ ਇਹਨੂੰ, ਆਮ ਔਰ ਅਨਾਰ ਨੇ ਸਪਨਾ ਦੇਖਾ ਐਨਜੀਓ ਕਾ। ਇਹ ਦੋਨੋਂ ਜਣੇ ਆਮ ਤੇ ਅਨਾਰ ਕੀ ਸੋਚ ਰਹੇ ਨੇ, ਅੰਬ ਤੇ ਅਨਾਰ ਕੀ ਸੋਚ ਰਹੇ ਨੇ ਕਿ ਅਸੀਂ ਐਨਜੀਓ ਫਾਰਮ ਕਰ ਲਈਏ। ਠੀਕ ਹੈ, ਸੋ ਇਹਨਾਂ ਦੇ ਲਈ ਦੇਖਦੇ ਹਾਂ ਮੈਂਗੋ ਆਮ। ਠੀਕ ਹੈ, ਫੈਮਿਲੀ ਤੋਂ ਸ਼ੁਰੂ ਕਰਾਂਗੇ ਆਮ ਔਰ ਅਨਾਰ। ਹੁਣ ਮੈਂਗੋ ਦੇ ਲਈ ਆਮ ਤੋਂ ਯਾਦ ਹੋਜੂਗਾ ਵੀ ਅਸੀਂ ਇਹਦੇ ਲਈ ਨਿਮੋਨਿਕ ਬਣਾਇਆ। ਅਨਾਰ ਤੋਂ ਏ ਐਨ ਤੋਂ ਯਾਦ ਕਰਾਂਗੇ ਅਸੀਂ ਐਨਾਕਾਰਡੇਸ਼ੀਏ ਫੈਮਿਲੀ। ਠੀਕ ਹੈ, ਐਨਾਕਾਰਡੇਸ਼ੀਏ ਅਨਾਰ ਤੋਂ ਯਾਦ ਹੋਜੂਗਾ। ਸਪਨਾ, ਸਪਨਾ ਦੇ ਸੈਪ ਤੋਂ ਯਾਦ ਹੋਊਗਾ ਸਾਨੂੰ ਸੈਪਨਡੇਲਸ। ਠੀਕ ਹੈ ਜੀ, ਆਰਡਰ ਸੈਪਨਡੇਲਸ ਮੈਂਗੋ ਦੇ ਲਈ ਯਾਦ ਹੋਜੂਗਾ। ਡੀ ਤੋਂ ਯਾਦ ਹੋਜੂਗਾ ਸਾਨੂੰ ਡਾਇਕੋਟਿਲੇਡਨੇ। ਠੀਕ ਹੈ, ਜਿੰਨੇ ਵੀ ਵੱਡੇ ਪਲਾਂਟਸ ਹੁੰਦੇ ਨੇ ਉਹ ਸਾਰੇ ਵੱਡੇ ਵੱਡੇ ਫਰੂਟਸ ਵਾਲੇ ਪਲਾਂਟ ਜਿਹੜੇ ਨੇ ਉਹ ਡਾਇਕੋਟਿਲੇਡਨ ਹੀ ਹੁੰਦੇ ਨੇ। ਇਹ ਨਾਮ ਐਨਜੀਓ ਸਾਊਂਡ ਦੀ ਐਨਜੀਓ ਦੀ ਤਰ੍ਹਾਂ ਕਰ ਰਿਹਾ, ਐਨਜੀਓ ਸਾਊਂਡ ਕਹਿ ਕੇ ਦੇਖੋ ਐਨਜੀਓ ਤੇ ਇੱਥੇ ਵੀ ਐਨਜੀਓ, ਸੋ ਐਨਜੀਓ ਤੋਂ ਕੀ ਯਾਦ ਹੋਜੂਗਾ ਸਾਨੂੰ, ਇਹਦੀ ਸਾਊਂਡ ਤੋਂ ਕੀ ਯਾਦ ਹੋਜੂਗਾ, ਐਨਜੀਓ ਸਪਰਮੇ ਡਿਵੀਜ਼ਨ। ਹੁਣ ਇੱਥੇ ਫਾਈਲਮ ਨਹੀਂ ਹੈ, ਡਿਵੀਜ਼ਨ ਆਏਗਾ। ਡਿਵੀਜ਼ਨ ਕਿਹਦੇ ਲਈ ਹੁੰਦੀ ਹੈ, ਪਲਾਂਟ ਦੇ ਲਈ, ਤਾਂ ਮੈਂਗੋ ਤਾਂ ਪਲਾਂਟ ਤੇ ਹੀ ਲੱਗਦਾ, ਸੋ ਇੱਥੇ ਡਿਵੀਜ਼ਨ ਐਨਜੀਓ ਸਪਰਮੇ ਅਸੀਂ ਯਾਦ ਕਰਾਂਗੇ। ਹੋ ਗਿਆ ਜੀ ਕਲੀਅਰ, ਜਲਦੀ ਇਹਦਾ ਇੱਕ ਸਕਰੀਨਸ਼ਾਟ ਕਰੋ। ਹੁਣ ਅਸੀਂ ਅੱਗੇ ਨਿਮੋਨਿਕ ਬਣਾਵਾਂਗੇ ਕਿਹਦੇ ਲਈ, ਵੀਟ ਦੇ ਲਈ, ਪਰ ਇਹਦੇ ਤੋਂ ਪਹਿਲੇ ਇੱਕ ਸਾਊਂਡ ਜ਼ਰਾ ਸੁਣੋ ਤੁਸੀਂ। ਪੁਰਾਣੇ ਸਿਮ ਹੁੰਦੇ ਸੀ ਡੋਕੋਮੋ ਦੇ, ਉੱਥੋਂ ਇਹ ਰਿੰਗ ਟੋਨ ਮੈਂ ਤੁਹਾਨੂੰ ਸੁਣਾਈ ਹੈ, ਉੱਥੋਂ ਸਾਨੂੰ ਤੁਹਾਨੂੰ ਕੀ ਯਾਦ ਹੋਇਆ, ਡੋਕੋਮੋ। ਠੀਕ ਹੈ, ਜਿਹਨੂੰ ਜੇ ਆਪਾਂ ਥੋੜ੍ਹਾ ਦੂਰ ਤੋਂ ਸੁਣ ਕੇ ਦੇਖੀਏ ਕਦੇ ਕਦੇ ਆਏ ਵੀ ਲੱਗਦਾ, ਜਿਵੇਂ ਅਸੀਂ ਕਹਿ ਰਹੇ ਹੋਈਏ ਪੋਪੋਮੋ। ਠੀਕ ਹੈ, ਸੋ ਪੋਪੋਮੋ ਤੋਂ ਯਾਦ ਰੱਖਾਂਗੇ ਅਸੀਂ, ਇਹਦੇ ਨਾਲ ਆਪਾਂ ਵੀਟ ਦੇ ਕਰਲਸ ਵੀ ਬਣਾ ਲੈਂਦੇ ਹਾਂ। ਠੀਕ ਹੈ, ਵੀਟ ਦੇ ਕਰਲਸ ਤੁਹਾਨੂੰ ਯਾਦ ਰਹਿ ਜਾਏਗਾ ਵੀ ਅਸੀਂ ਵੀਟ ਦੀ ਗੱਲ ਕਰ ਰਹੇ ਹਾਂ। ਪੋਪੋਮੋ ਤੋਂ ਯਾਦ ਕਰਾਂਗੇ ਅਸੀਂ ਫੈਮਿਲੀ,
ਪੋਏਸ਼ੇ ਐਂਡ ਉਸ ਤੋਂ ਬਾਅਦ ਇਸ ਪੀ ਓ ਤੋਂ ਯਾਦ ਕਰਾਂਗੇ ਅਸੀਂ ਆਰਡਰ ਪੋਏਲਸ ਐਂਡ ਐਮ ਓ ਤੋਂ ਯਾਦ ਕਰਾਂਗੇ ਅਸੀਂ ਮੋਨੋ ਕੋਟਿਲੇਡੋਨੇ ਅਤੇ ਹੁੰਦਾ ਇਹ ਵੀ ਕੀ ਹੈ ਐਂਜੀਓਸਪਰਮ ਠੀਕ ਹੈ ਜੀ ਸੋ ਇਹਦੇ ਲਈ ਡਿਵੀਜ਼ਨ ਕੀ ਹੈ ਐਂਜੀਓਸਪਰਮ ਮੈਂ ਉਮੀਦ ਕਰਦੀ ਹਾਂ ਤੁਹਾਡੇ ਲਈ ਇਹ ਟ੍ਰਿਕਸ ਜਿਹੜੀਆਂ ਨੇ ਉਹ ਕਾਫੀ ਯੂਜ਼ਫੁੱਲ ਹੋਣਗੀਆਂ ਜੇ ਤੁਹਾਨੂੰ ਵਧੀਆ ਲੱਗਿਆ ਇਹ ਆਈਡੀਆ ਜਾਂ ਇਹ ਟ੍ਰਿਕਸ ਤੁਹਾਨੂੰ ਅੱਛੀਆਂ ਲੱਗੀਆਂ ਨੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰ ਥੰਬਸ ਅਪ ਜ਼ਰੂਰ ਕਰਨਾ ਸੋ ਵਧਦਿਆਂ ਹੁਣ ਅੱਗੇ ਇਸ ਦੇ ਨਾਲ ਸਾਡਾ ਟੈਕਸੋਨਮਿਕ ਕੈਟੇਗਰੀਜ਼ ਦਾ ਸਾਰਾ ਟੋਪਿਕ ਵਿਦ ਐਗਜ਼ਾਮਪਲ ਅਸੀਂ ਕਵਰ ਕਰ ਲਿਆ ਹੁਣ ਤਾਂ ਬਹੁਤ ਥੋੜ੍ਹਾ ਜਿਹਾ ਰਹਿ ਗਿਆ ਜਿਵੇਂ ਕਹਿੰਦੇ ਨੇ ਨਾ ਪੰਜਾਬੀ ਦੇ ਵਿੱਚ ਹਾਥੀ ਲੰਘ ਗਿਆ ਪੂੰਝ ਰਹਿ ਗਈ ਹੁਣ ਤਾਂ ਅਸੀਂ ਟੈਕਸੋਨਮਿਕਲ ਐਡਸ ਹੀ ਕਵਰ ਕਰਨੇ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਡਿਫਰੈਂਟ ਡਿਫਰੈਂਟ ਔਰਗੇਨਿਜ਼ਮ ਨੂੰ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਰੱਖ ਸਕਦੇ ਹਾਂ ਸੋ ਦੇਖਦੇ ਹੋ ਕੀ ਨੇ ਟੈਕਸੋਨੋਮਿਕਲ ਏਡਸ ਜਿਹੜੇ ਨੇ ਉਹ ਕੁਛ ਟੂਲਸ ਨੇ ਜਿਹੜੇ ਅਸੀਂ ਔਰਗੇਨਿਜ਼ਮਸ ਦੀ ਆਈਡੈਂਟੀਫਿਕੇਸ਼ਨ ਜਾਂ ਕੈਰੈਕਟਰਾਈਜੇਸ਼ਨ ਜਾਂ ਕਲਾਸੀਫਿਕੇਸ਼ਨ ਦੇ ਟਾਈਮ 'ਤੇ ਯੂਜ਼ ਕਰਾਂਗੇ ਬੇਸਿਕਲੀ ਪਹਿਲਾਂ ਅਸੀਂ ਕੈਰੈਕਟਰਾਈਜੇਸ਼ਨ ਕਰਾਂਗੇ ਪੁਰਾਣੇ ਕਿਸੇ ਰੈਕਿਡ ਨੂੰ ਦੇਖਾਂਗੇ ਕਿ ਜੇ ਕੋਈ ਐਗਜ਼ਿਸਟਿੰਗ ਔਰਗੇਨਿਜ਼ਮ ਥੋੜ੍ਹਾ ਬਹੁਤ ਜਿਹੜਾ ਅਸੀਂ ਨਵਾਂ ਔਰਗੇਨਿਜ਼ਮ ਲੱਭਿਆ ਉਹਦੇ ਨਾਲ ਰਿਜ਼ੈਂਬਲ ਕਰਦਾ ਤਾਂ ਪਹਿਲਾਂ ਅਸੀਂ ਕੈਰੈਕਟਰਸ ਨੂੰ ਮੈਚ ਕਰਾਂਗੇ ਆਫਟਰ ਕੈਰੈਕਟਰਾਈਜੇਸ਼ਨ ਅਸੀਂ ਪਹਿਚਾਣ ਪਾਵਾਂਗੇ ਵੀ ਇਹ ਪੁਰਾਣੇ ਔਰਗੇਨਿਜ਼ਮ ਵਰਗਾ ਹੀ ਤਾਂ ਨਹੀਂ ਹੈਗਾ ਜਾਂ ਕੁਛ ਨਵਾਂ ਹੈ ਤਾਂ ਫਿਰ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰ ਦਾਂਗੇ ਫਿਰ ਅਸੀਂ ਨੋਮਨਕਲੇਚਰ ਕਰ ਦਾਂਗੇ ਫਿਰ ਇੱਕ ਉਹਨੂੰ ਪਰਟੀਕੁਲਰ ਕਲਾਸ ਦੇ ਅੰਦਰ ਰੱਖ ਦਾਂਗੇ ਮਤਲਬ ਉਹਦੀ ਕਲਾਸੀਫਿਕੇਸ਼ਨ ਕਰ ਦਾਂਗੇ ਸੋ ਇਹਨਾਂ ਸਾਰੀਆਂ ਪ੍ਰੋਸੈਸਿਸ ਨੂੰ ਕਰਨ ਦੇ ਲਈ ਸਾਨੂੰ ਕੁਛ ਟੂਲਸ ਦੀ ਜ਼ਰੂਰਤ ਪੈਂਦੀ ਹੈ ਉਹ ਟੂਲਸ ਕੀ ਨੇ ਉਹਨਾਂ ਨੂੰ ਹੀ ਅਸੀਂ ਕੀ ਬੋਲਦੇ ਹਾਂ ਟੈਕਸੋਨੋਮਿਕਲ ਏਡਸ ਬੋਲਦੇ ਹਾਂ ਹੁਣ ਜਿਹੜੇ ਟੈਕਸੋਨੋਮਿਕਲ ਏਡਸ ਨੇ ਇਹਦੇ ਵਿੱਚ ਬੇਸਿਕਲੀ ਅਸੀਂ ਚਾਰ ਏਡਸ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਵੀ ਪੜ੍ਹਾਂਗੇ ਪਰ ਚਾਰ ਜ਼ਿਆਦਾ ਇੰਪੋਰਟੈਂਟ ਨੇ ਉਹ ਚਾਰ ਕਿਹੜੇ ਨੇ ਪਹਿਲਾਂ ਅਸੀਂ ਗੱਲ ਕਰ ਸਕਦੇ ਹਾਂ ਹਰਬੇਰੀਅਮ ਦੀ ਫਿਰ ਅਸੀਂ ਗੱਲ ਕਰ ਸਕਦੇ ਹਾਂ ਮਿਊਜ਼ੀਅਮਸ ਦੀ ਫਿਰ ਅਸੀਂ ਗੱਲ ਕਰ ਸਕਦੇ ਹਾਂ ਬੋਟੈਨੀਕਲ ਗਾਰਡਨਸ ਦੀ ਫਿਰ ਅਸੀਂ ਗੱਲ ਕਰ ਸਕਦੇ ਹਾਂ ਜ਼ੂਲੋਜੀਕਲ ਪਾਰਕਸ ਦੀ ਸੋ ਇਹ ਚਾਰ ਅਸੀਂ ਮੇਨ ਟੈਕਸੋਨੋਮਿਕਲ ਏਡਸ ਦੀ ਗੱਲ ਕਰਾਂਗੇ ਮੈਂ ਇਸ ਤਰੀਕੇ ਨਾਲ ਇਸ ਕਰਕੇ ਲਿਖਿਆ ਸੋ ਦੈਟ ਤੁਹਾਨੂੰ ਯਾਦ ਕਰਨਾ ਸੌਖਾ ਹੋ ਜਾਵੇ ਹੁਣ ਹਰਬੇਰੀਅਮ ਅਤੇ ਜਿਹੜੇ ਮਿਊਜ਼ੀਅਮ ਨੇ ਇਹ ਦੋਨੋਂ ਹੀ ਡੈਡ ਔਰਗੇਨਿਜ਼ਮਸ ਨੂੰ ਪ੍ਰਿਜ਼ਰਵ ਕਰਕੇ ਰੱਖਦੇ ਨੇ ਸੋ ਦੈਟ ਅਸੀਂ ਇਹਨਾਂ ਔਰਗੇਨਿਜ਼ਮਸ ਨੂੰ ਫਿਊਚਰ ਰੈਫਰੈਂਸ ਦੇ ਲਈ ਯੂਜ਼ ਕਰ ਸਕੀਏ ਸੋ ਡੈਡ ਔਰਗੇਨਿਜ਼ਮ ਨੂੰ ਪ੍ਰਿਜ਼ਰਵ ਕਰਕੇ ਪ੍ਰੋਟੈਕਟ ਕਰਕੇ ਰੱਖਿਆ ਜਾਂਦਾ ਸੋ ਦੈਟ ਅਸੀਂ ਉਹਨਾਂ ਨੂੰ ਯੂਜ਼ ਕਰਕੇ ਨਵੇਂ ਔਰਗੇਨਿਜ਼ਮਸ ਨੂੰ ਉਹਨਾਂ ਦੇ ਨਾਲ ਕੰਪੇਅਰ ਕਰਕੇ ਉਹਨਾਂ ਦੀ ਕਲਾਸੀਫਿਕੇਸ਼ਨ ਕਰ ਸਕੀਏ ਹਰਬੇਰੀਅਮ ਜਿਹੜਾ ਹੈ ਇਸ ਦੇ ਵਿੱਚ ਅਸੀਂ ਬੇਸਿਕਲੀ ਕੀ ਕਰਦੇ ਹਾਂ ਪਲਾਂਟਸ ਨੂੰ ਡਰਾਈ ਕਰਕੇ ਪ੍ਰੈਸ ਕਰਕੇ ਹਰਬੇਰੀਅਮ ਸ਼ੀਟ ਦੇ ਉੱਪਰ ਫਿਕਸ ਕਰਕੇ ਪ੍ਰਿਜ਼ਰਵ ਕਰਕੇ ਰੱਖ ਲੈਂਦੇ ਹਾਂ ਮਿਊਜ਼ੀਅਮਸ ਦੇ ਅੰਦਰ ਅਸੀਂ ਬੇਸਿਕਲੀ ਕੀ ਕਰਾਂਗੇ ਕੁਛ ਛੋਟੇ ਔਰਗੇਨਿਜ਼ਮਸ ਜਿਵੇਂ ਕਿ ਫਿਸ਼ਿਜ਼ ਵਗੈਰਾ ਹੋ ਗਏ ਰਿਪਟਾਈਲਸ ਹੋ ਗਏ ਜਾਂ ਹੋਰ ਕੋਈ ਸਾਡੇ ਕੋਲ ਇਨਸੈਕਟਸ ਵਗੈਰਾ ਹੋ ਗਏ ਉਹਨਾਂ ਦੇ ਸਪੈਸੀਮਨਸ ਨੂੰ ਸਪੈਸ਼ਲ ਤਰ੍ਹਾਂ ਦੇ ਕੈਮੀਕਲ ਜਿਹੜਾ ਕਿ ਫੋਰਮੈਲਿਨ ਹੈ ਉਸਦੇ ਅੰਦਰ ਜਾਰਸ ਦੇ ਵਿੱਚ ਰੱਖ ਦਾਂਗੇ ਡਿਪ ਕਰਕੇ ਸੋ ਮਿਊਜ਼ੀਅਮ ਦੇ ਅੰਦਰ ਵੀ ਤੁਹਾਨੂੰ ਡੈਡ ਔਰਗੇਨਿਜ਼ਮਸ ਹੀ ਦੇਖਣ ਨੂੰ ਮਿਲਣਗੇ ਅੱਗੇ ਵੱਧਦੇ ਹਾਂ ਬੋਟੈਨੀਕਲ ਗਾਰਡਨਸ ਅਤੇ ਜ਼ੂਲੋਜੀਕਲ ਪਾਰਕਸ ਦੇ ਵੱਲ
ਬੋਟੈਨੀਕਲ ਗਾਰਡਨ ਦੇ ਜ਼ੂਲੋਜੀਕਲ ਪਾਰਕਸ ਦੋਨੋਂ ਹੀ ਲਿਵਿੰਗ ਆਰਗੇਨਿਜ਼ਮਸ ਨੂੰ ਪ੍ਰਿਜ਼ਰਵ ਕਰਕੇ ਰੱਖਦੇ ਨੇ, ਲਿਵਿੰਗ ਆਰਗੇਨਿਜ਼ਮਸ ਨੂੰ ਰੱਖਦੇ ਨੇ। ਸੋ ਇੱਧਰ ਅਸੀਂ ਡੈਡ ਆਰਗੇਨਿਜ਼ਮਸ ਨੂੰ ਸੰਭਾਲ ਕੇ ਰੱਖਾਂਗੇ, ਇੱਧਰ ਅਸੀਂ ਲਿਵਿੰਗ ਆਰਗੇਨਿਜ਼ਮਸ ਨੂੰ ਸੰਭਾਲ ਕੇ ਰੱਖਾਂਗੇ। ਇਹ ਗੱਲ ਸਾਨੂੰ ਯਾਦ ਰੱਖਣੀ ਪਊਗੀ ਅਤੇ ਇਹਦੇ ਨਾਲ ਹੀ ਸਾਨੂੰ ਈਜ਼ੀਲੀ ਚਾਰ ਜਿਹੜੇ ਨੇ ਟੈਕਸੋਨੋਮਿਕਲ ਏਡਸ ਵੀ ਯਾਦ ਹੋ ਜਾਣਗੇ। ਉਸ ਤੋਂ ਬਾਅਦ ਹੁਣ ਅਸੀਂ ਡਿਟੇਲ ਦੇ ਵਿੱਚ ਪਹਿਲਾਂ ਹਰਬੇਰੀਅਮ ਦੇ ਬਾਰੇ ਪੜ੍ਹਾਂਗੇ। ਹਰਬੇਰੀਅਮ ਜਦੋਂ ਅਸੀਂ ਦੇਖਦੇ ਹਾਂ ਤਾਂ ਹਰਬੇਰੀਅਮ ਦੇ ਵਿੱਚ ਅਸੀਂ ਹਰਬੇਰੀਅਮ ਸ਼ੀਟ ਦੀ ਗੱਲ ਕਰਦੇ ਹਾਂ। ਹਰਬੇਰੀਅਮ ਸ਼ੀਟ ਜਿਹੜੀ ਹੈ ਉਹਦੀ ਇੱਕ ਸਪੈਸ਼ਲ ਡਾਇਮੈਂਸ਼ਨ ਹੈ ਜਿਹੜੀ ਕੀ ਹੈ 11.5 × ਮੈਂ ਇੱਥੇ ਪਹਿਲਾਂ ਸ਼ੀਟ ਲਿਖ ਦਿੰਦੀ ਹਾਂ, ਹਰਬੇਰੀਅਮ ਸ਼ੀਟ ਇਸਦੀ ਡਾਇਮੈਂਸ਼ਨ ਕੀ ਹੈ 11.5 × 16.5 cm। ਮਤਲਬ ਜੇ ਤੁਹਾਡੇ ਕੋਲ ਇਹ ਇੱਕ ਹਰਬੇਰੀਅਮ ਸ਼ੀਟ ਹੈ ਤਾਂ ਉਸਦੀ ਜਿਹੜੀ ਲੈਂਥ ਹੈ ਉਹ ਹੋਏਗੀ 16.5 cm ਅਤੇ ਜਿਹੜੀ ਉਸਦੀ ਬ੍ਰੈਥ ਹੈ ਉਹ ਹੋਏਗੀ 11.5 cm। ਇਹ ਡਾਇਮੈਂਸ਼ਨ ਅਸੀਂ ਯਾਦ ਰੱਖਾਂਗੇ। ਹਰਬੇਰੀਅਮ ਸ਼ੀਟ ਦੇ ਉੱਪਰ ਜਦੋਂ ਅਸੀਂ ਕੋਈ ਪਲਾਂਟ ਨੂੰ ਜਿਹੜਾ ਡਰਾਈਡ ਪਲਾਂਟ ਹੋਊਗਾ ਉਹਨੂੰ ਫਿਕਸ ਕਰਾਂਗੇ ਤਾਂ ਅਸੀਂ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਡਰਾਈ ਕਰਾਂਗੇ ਕਿਸੇ ਪ੍ਰੈਸ ਵਗੈਰਾ ਦੀ ਹੈਲਪ ਦੇ ਨਾਲ, ਫਿਰ ਅਸੀਂ ਇਸ ਦੇ ਉੱਪਰ ਉਸਨੂੰ ਪੇਸਟ ਕਰ ਦੇਵਾਂਗੇ। ਹੁਣ ਇਸ ਦੇ ਉੱਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖੀਆਂ ਜਾਣਗੀਆਂ? ਇਹਦੇ ਉੱਪਰ ਡੇਟ ਆਫ ਕਲੈਕਸ਼ਨ ਅਸੀਂ ਲਿਖਾਂਗੇ ਵੀ ਕਿਹੜੀ ਡੇਟ ਨੂੰ ਅਸੀਂ ਉਹ ਸੈਂਪਲ ਜਿਹੜਾ ਹੈ ਪਲਾਂਟ ਦਾ ਕਲੈਕਟ ਕੀਤਾ, ਡੇਟ ਤੋਂ ਬਾਅਦ ਅਸੀਂ ਕਿਸ ਜਗ੍ਹਾ ਤੋਂ ਕਲੈਕਟ ਕੀਤਾ ਇਸ ਚੀਜ਼ ਨੂੰ ਵੀ ਮੈਂਸ਼ਨ ਕਰਾਂਗੇ। ਇਸ ਸ਼ੀਟ ਦੇ ਉੱਪਰ ਅਸੀਂ ਪਲਾਂਟ ਦਾ ਲੋਕਲ ਨੇਮ ਵੀ ਮੈਂਸ਼ਨ ਕਰਾਂਗੇ, ਫਿਰ ਅਸੀਂ ਉਸਦਾ ਇੰਗਲਿਸ਼ ਨੇਮ ਲਿਖਾਂਗੇ ਕਿ ਉਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ, ਫਿਰ ਅਸੀਂ ਉਸਦਾ ਬੋਟੈਨੀਕਲ ਨੇਮ ਲਿਖਾਂਗੇ। ਉਸ ਤੋਂ ਬਾਅਦ ਅਸੀਂ ਲਿਖਾਂਗੇ ਕਿ ਇਹ ਜਿਹੜਾ ਪਲਾਂਟ ਹੈ ਉਹ ਕਿਸ ਫੈਮਿਲੀ ਨੂੰ ਬਿਲੋਂਗ ਕਰਦਾ, ਉਸਦੀ ਫੈਮਿਲੀ ਵੀ ਲਿਖਾਂਗੇ ਅਸੀਂ। ਫਿਰ ਉਸ ਤੋਂ ਬਾਅਦ ਅਸੀਂ ਕਲੈਕਟਰ ਦਾ ਨਾਮ ਵੀ ਲਿਖਾਂਗੇ, ਕਲੈਕਟਰਸ ਨੇਮ ਬਾਹਰ ਜਾਏਗਾ ਕੋਈ ਗੱਲ ਨਹੀਂ, ਕਿ ਕਿਸਨੇ ਇਹਨੂੰ ਕਲੈਕਟ ਕਰਿਆ ਉਹ ਚੀਜ਼ ਵੀ ਅਸੀਂ ਇੱਥੇ ਮੈਂਸ਼ਨ ਕਰਾਂਗੇ। ਇਹ ਚੀਜ਼ਾਂ ਤੁਸੀਂ ਯਾਦ ਰੱਖੋਗੇ ਕਿਉਂਕਿ ਇੱਥੇ ਵੀ ਤੁਹਾਡੇ ਕੋਲ ਇੱਕ MCQ ਹੋਊਗਾ, ਉਹ MCQ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਦੱਸੋ, ਤੁਹਾਨੂੰ ਚਾਰ ਆਪਸ਼ਨ ਦਿੱਤੇ ਹੋਣਗੇ ਉਹਦੇ 'ਚੋਂ ਪੁੱਛਿਆ ਜਾਏਗਾ ਕਿ ਦੱਸੋ ਕਿਹੜਾ ਔਡ ਵਨ ਹੈ, ਕਿ ਹਰਬੇਰੀਅਮ ਸ਼ੀਟ ਦੇ ਵਿੱਚੋਂ ਇਹਨਾਂ ਚਾਰ ਦੇ ਵਿੱਚੋਂ ਕਿਹੜਾ ਨਹੀਂ ਹੁੰਦਾ, ਇੱਦਾਂ ਵੀ ਪੁੱਛ ਸਕਦੇ ਨੇ। ਜਾਂ ਚਾਰ ਗਲਤ, ਚਾਰ ਆਪਸ਼ਨ ਦੇ ਵਿੱਚ ਤਿੰਨ ਗਲਤ ਦਿੱਤੇ ਹੋਣ, ਇੱਕ ਸਹੀ ਹੋਵੇ, ਤੁਹਾਨੂੰ ਪੁੱਛਿਆ ਜਾਵੇ ਕਿ ਦੱਸੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਹਰਬੇਰੀਅਮ ਸ਼ੀਟ ਦੇ ਉੱਪਰ ਪ੍ਰੈਜੈਂਟ ਹੁੰਦੀ ਹੈ। ਸੋ ਇੱਥੇ ਇੱਕ MCQ ਬਣੂਗਾ, ਧਿਆਨ ਨਾਲ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਸਾਰੀ ਨੋਟ ਕਰ ਲੈਣੀ ਹੈ, ਸਕਰੀਨਸ਼ਾਟ ਲੈ ਲਓ। ਬੋਟੈਨੀਕਲ ਗਾਰਡਨ ਦੇ ਵਿੱਚ ਖਾਸੀਅਤ ਇਹ ਹੁੰਦੀ ਹੈ ਕਿ ਜਿੰਨੇ ਵੀ ਪਲਾਂਟਸ ਇੱਥੇ ਗਰੋ ਕੀਤੇ ਹੋਣਗੇ ਉਹਨਾਂ ਪਲਾਂਟਸ ਦੇ ਨਾਲ ਲੇਬਲ ਲਗਾਏ ਹੋਣਗੇ, ਉਹਨਾਂ ਪਲਾਂਟਸ ਦੇ ਕਾਮਨ ਨੇਮ ਅਤੇ ਸਾਇੰਟਿਫਿਕ ਨੇਮ ਦੇ। ਇੱਥੇ ਇੱਕ MCQ ਬਣੇਗਾ ਜਿਹਦੇ 'ਚ ਪੁੱਛਿਆ ਜਾ ਸਕਦਾ ਹੈ ਵੀ ਦੱਸੋ ਕਿਹੜਾ ਬੋਟੈਨੀਕਲ ਗਾਰਡਨ ਇੰਡੀਆ ਦੇ ਵਿੱਚ ਪ੍ਰੈਜੈਂਟ ਹੈ। ਸੋ ਇੱਥੋਂ ਦੋ ਚਾਰ ਨਾਮ ਅਸੀਂ ਬੋਟੈਨੀਕਲ ਗਾਰਡਨ ਦੇ ਯਾਦ ਕਰਾਂਗੇ। ਇੱਕ ਫੇਮਸ ਬੋਟੈਨੀਕਲ ਗਾਰਡਨ ਹੈ ਜਿਸਦਾ ਨਾਮ ਹੈ ਕਿਊ, ਇਹ ਲੰਡਨ ਦੇ ਵਿੱਚ ਹੈ, ਇਹ ਵੀ ਅਸੀਂ ਯਾਦ ਕਰਾਂਗੇ, ਫੇਮਸ ਬੋਟੈਨੀਕਲ ਗਾਰਡਨ ਕਿਊ ਇਨ ਲੰਡਨ। ਫਿਰ ਅਸੀਂ ਯਾਦ ਕਰਾਂਗੇ ਇੰਡੀਅਨ ਬੋਟੈਨੀਕਲ ਗਾਰਡਨ
ਜੋ ਕਿ ਹਾਵੜਾ ਦੇ ਵਿੱਚ ਹੈ ਇੰਡੀਆ ਦੇ ਅੰਦਰ। ਸੋ ਇਹ ਵੀ ਅਸੀਂ ਯਾਦ ਰੱਖਾਂਗੇ। ਇੱਕ ਹੋਰ ਗਾਰਡਨ ਦਾ ਨਾਮ ਅਸੀਂ ਯਾਦ ਰੱਖਣਾ, ਇੱਕ ਮਿੰਟ ਆਪਾਂ ਉੱਪਰ ਕਰ ਦਈਏ। ਇਸ ਤੋਂ ਇਲਾਵਾ ਅਸੀਂ ਇੱਕ ਨਾਮ ਹੋਰ ਯਾਦ ਰੱਖਣਾ, ਦੈਟ ਇਜ਼ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਟਿਊਟ, ਇਹ ਵੀ ਇੰਡੀਆ ਦੇ ਅੰਦਰ ਹੀ ਹੈ। ਬਸ ਇਹ ਇਗਜ਼ਾਮਪਲਸ ਜਿਹੜੀਆਂ ਨੇ ਬੋਟੈਨੀਕਲ ਗਾਰਡਨ ਦੀਆਂ ਅਸੀਂ ਯਾਦ ਕਰਨੀਆਂ ਨੇ, ਕਿਉਂਕਿ ਇਹਦੇ ਉੱਪਰ ਐਮ ਸੀ ਕਿਊ ਬਣ ਸਕਦਾ ਹੈ। ਤੁਸੀਂ ਇੱਥੋਂ ਸਕਰੀਨਸ਼ੋਟ ਵੀ ਲੈ ਸਕਦੇ ਹੋ। ਹਾਂਜੀ, ਵਧਦੇ ਹਾਂ ਅਗਲੇ ਟੋਪਿਕ ਦੇ ਵੱਲ, ਜਿਹੜਾ ਕਿ ਕੀ ਹੈ ਇਹਦੇ ਅੰਡਰ ਹੀ, ਜ਼ੂਲੋਜੀਕਲ ਪਾਰਕਸ ਨਾਮ ਤੋਂ ਇੰਡੀਕੇਟ ਹੋ ਰਿਹਾ, ਜ਼ੂ ਦੇ ਅੰਦਰ ਕੀ ਹੁੰਦਾ, ਐਨੀਮਲਸ, ਠੀਕ ਹੈ। ਸੋ ਅਸੀਂ ਕੀ ਕੀਤਾ, ਕੁਛ ਇੱਦਾਂ ਦੇ ਪਾਰਕਸ ਇਸਟੈਬਲਿਸ਼ ਕਰਤੇ ਜਿਹਦੇ ਅੰਦਰ ਅਸੀਂ ਐਕਸ ਸੀ ਟੂ ਕੰਜ਼ਰਵੇਸ਼ਨ ਕਰਾਂਗੇ। ਕੀ ਕਰਾਂਗੇ? ਐਕਸ ਸੀ ਟੂ ਕੰਜ਼ਰਵੇਸ਼ਨ। ਐਕਸ ਸੀ ਟੂ ਕੰਜ਼ਰਵੇਸ਼ਨ ਕੀ ਹੁੰਦਾ? ਐਕਸ ਸੀ ਟੂ ਕੰਜ਼ਰਵੇਸ਼ਨ ਦਾ ਮਤਲਬ ਹੁੰਦਾ ਜਿਸ ਜਗ੍ਹਾ 'ਤੇ ਕੋਈ ਆਰਗੇਨਿਜ਼ਮ ਰਹਿ ਰਿਹਾ ਸੀ, ਅਸੀਂ ਉੱਥੇ ਹੀ ਉਹਨੂੰ ਪ੍ਰਿਜ਼ਰਵ ਕਰ ਲਿਆ, ਅਸੀਂ ਉਹਨੂੰ ਉੱਥੋਂ ਲੈ ਕੇ ਨਹੀਂ ਆਏ, ਅਸੀਂ ਉਹਨੂੰ ਉੱਥੋਂ ਸ਼ਿਫਟ ਨਹੀਂ ਕੀਤਾ, ਅਸੀਂ ਉਸ ਆਰਗੇਨਿਜ਼ਮ ਨੂੰ ਉਸਦੀ ਜਗ੍ਹਾ ਦੇ ਉੱਪਰ ਹੀ ਕੀ ਕਰ ਲਿਆ, ਪ੍ਰਿਜ਼ਰਵ ਕਰ ਲਿਆ। ਅਸੀਂ ਉਸ ਆਰਗੇਨਿਜ਼ਮ ਨੂੰ ਉਸਦੀ ਹੀ ਜਗ੍ਹਾ ਦੇ ਉੱਪਰ ਪ੍ਰਿਜ਼ਰਵ ਕਰ ਲਿਆ, ਉਹਦਾ ਆਲਾ ਦੁਆਲਾ ਅਸੀਂ ਡਿਸਟਰਬ ਨਹੀਂ ਕੀਤਾ, ਸਗੋਂ ਉਹਨੂੰ ਉੱਥੇ ਹੀ ਮੇਨਟੇਨ ਕਰ ਲਿਆ, ਉਹਦੀਆਂ ਸਾਰੀਆਂ ਕੰਡੀਸ਼ਨਸ ਉਹਨੂੰ ਉਵੇਂ ਹੀ ਦੇ ਦਿੱਤੀਆਂ ਜਿਵੇਂ ਉਹ ਰਹਿ ਰਿਹਾ ਸੀ। ਪਰ ਉੱਥੇ ਅਸੀਂ ਹਿਊਮਨ ਇੰਟਰਵੈਂਸ਼ਨ ਨੂੰ ਜਾਂ ਹਿਊਮਨ ਦੀਆਂ ਹੋਰ ਸਾਰੀਆਂ ਗਤੀਵਿਧੀਆਂ ਨੂੰ ਅਸੀਂ ਉੱਥੇ ਰੋਕਤਾ। ਸੋ ਹਿਊਮਨਸ ਜਿਹੜੇ ਨੇ ਉੱਥੇ ਇਨਵੇਡ ਨਹੀਂ ਕਰ ਸਕਣਗੇ, ਕੋਈ ਇੰਡਸਟਰੀਲਾਈਜੇਸ਼ਨ ਉੱਥੇ ਨਹੀਂ ਹੋਊਗਾ। ਜੇਕਰ ਅਸੀਂ ਇੱਦਾਂ ਕੋਈ ਏਰੀਆ ਜਿਹੜਾ ਹੈ ਪ੍ਰੋਹਿਬਿਟ ਕਰ ਦਿੰਦੇ ਹਾਂ ਵੀ ਇੱਥੇ ਹਿਊਮਨ ਐਂਟਰੀ ਅਲਾਊਡ ਨਹੀਂ ਹੈ, ਇਹ ਏਰੀਆ ਜਿਵੇਂ ਹੈ, ਜਿਵੇਂ ਇੱਥੇ ਪਲਾਂਟਸ ਨੇ, ਜਿਵੇਂ ਇੱਥੇ ਐਨੀਮਲਸ ਨੇ, ਤਾਂ ਉਹ ਉਵੇਂ ਹੀ ਰਹਿਣਗੇ। ਸੋ ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ, ਐਕਸ ਸੀ ਟੂ ਕੰਜ਼ਰਵੇਸ਼ਨ, ਵੀ ਅਸੀਂ ਔਨ ਸਾਈਟ ਔਰਗੇਨਿਜ਼ਮਸ ਨੂੰ ਕੀ ਕਰ ਲਿਆ, ਪ੍ਰਿਜ਼ਰਵ ਕਰ ਲਿਆ। ਇਹਦੇ ਵਿੱਚ ਪਲਾਂਟਸ ਵੀ ਬਚੇ ਰਹਿੰਦੇ ਨੇ, ਇਹਦੇ ਵਿੱਚ ਐਨੀਮਲਸ ਵੀ ਬਚੇ ਰਹਿੰਦੇ ਨੇ। ਸੋ ਇਹ ਵੀ ਇੱਕ ਆਰਗੇਨਿਜ਼ਮਸ ਨੂੰ ਪ੍ਰਿਜ਼ਰਵ ਕਰਕੇ ਰੱਖਣ ਦਾ ਇੱਕ ਤਰੀਕਾ ਹੈ, ਅਤੇ ਇਹਨਾਂ ਤੋਂ ਹੀ ਅਸੀਂ ਉਹਨਾਂ ਨੂੰ ਫਰਦਰ ਰੈਫਰੈਂਸ ਦੇ ਵਜੋਂ ਯੂਜ਼ ਕਰਕੇ ਅੱਗੇ ਆਰਗੇਨਿਜ਼ਮਸ ਨੂੰ ਆਈਡੈਂਟੀਫਾਈ ਕਰਨ 'ਚ ਹੈਲਪ ਲੈ ਸਕਦੇ ਹਾਂ। ਨੈਕਸਟ ਸਾਡੇ ਕੋਲ ਹੈ ਕੀ ਦੇ ਬਾਰੇ ਗੱਲ ਕਰਦੇ ਹਾਂ ਅਸੀਂ। ਕੀ ਯੂਜੁਅਲੀ ਇਹਦੇ 'ਚ ਲੋਕ ਕਨਫਿਊਜ਼ ਹੋ ਜਾਂਦੇ ਨੇ, ਸਟੂਡੈਂਟਸ ਨੂੰ ਸਮਝ ਹੀ ਨਹੀਂ ਆਉਂਦਾ ਵੀ ਕੀ ਐਕਚੁਅਲ 'ਚ ਕੀ ਕਹਿਣਾ ਚਾਹੁੰਦੀ ਹੈ, ਕਿ ਕੀ ਨੂੰ ਸਮਝਣਾ ਹੀ ਕੀ ਹੋ ਜਾਂਦਾ। ਸੋ ਕੀ ਦੇ ਅੰਦਰ ਅਸੀਂ ਪੜ੍ਹਾਂਗੇ, ਕੁਛ ਇੱਦਾਂ ਦੇ ਕੈਰੇਕਟਰਸ ਲੈ ਕੇ ਚੱਲਾਂਗੇ ਜਿਹੜੇ ਆਪਸ ਦੇ ਵਿੱਚ ਕੰਟਰਾਸਟਿੰਗ ਹੋਣਗੇ, ਜਿਵੇਂ ਓਪੋਜ਼ਿਟ ਕੈਰੇਕਟਰਸ ਲੈ ਲਾਂਗੇ। ਸੋ ਕੀ ਦੇ ਅੰਦਰ ਅਸੀਂ ਕੰਟਰਾਸਟਿੰਗ ਕੈਰੇਕਟਰਸ ਮਤਲਬ ਓਪੋਜ਼ਿਟ ਕੈਰੇਕਟਰਸ ਲੈ ਲੈਂਦੇ ਹਾਂ। ਕਿੰਨੇ ਲਵਾਂਗੇ? ਸਿਰਫ ਦੋ ਹੀ ਹੋ ਸਕਦੇ ਨੇ ਓਪੋਜ਼ਿਟ, ਤਾਂ ਦੋ ਓਪੋਜ਼ਿਟ ਕੈਰੇਕਟਰਸ ਜਿਹੜੇ ਲਵਾਂਗੇ ਉਹਨਾਂ ਨੂੰ ਅਸੀਂ ਕੀ ਕਹਾਂਗੇ, ਕਪਲੈਟ। ਉਹਨਾਂ ਨੂੰ ਕੀ ਕਹਾਂਗੇ ਅਸੀਂ, ਕਪਲੈਟ। ਟੂ ਕੰਟਰਾਸਟਿੰਗ ਕੈਰੇਕਟਰ ਲਏ, ਉਹਨਾਂ ਨੂੰ ਅਸੀਂ ਕੀ ਕਹਾਂਗੇ, ਕਪਲੈਟ। ਇਕੱਲੇ ਇਕੱਲੇ ਕੰਟਰਾਸਟਿੰਗ ਕੈਰੇਕਟਰ ਨੂੰ, ਇੱਕ ਇੱਕ ਕੈਰੇਕਟਰ ਨੂੰ ਅਸੀਂ ਕੀ ਕਹਾਂਗੇ, ਲੀਡ।
ਠੀਕ ਹੈ ਜੀ, ਅਸੀਂ ਕੀ ਕਹਾਂਗੇ ਲੀਡ। ਹੁਣ ਇਹਨੂੰ ਐਗਜ਼ਾਮਪਲ ਵਜੋਂ ਸਮਝੋ, ਜਿਵੇਂ ਆਪਾਂ ਪਲਾਂਟਸ ਦੇ ਲਈ ਦੋ ਕੈਰੇਕਟਰ ਲਿਖ ਲਈਏ ਕਿ ਕੰਟੇਨਸ ਕਲੋਰੋਫਿਲ, ਡਸ ਨਾਟ ਕੰਟੇਨਸ ਕਲੋਰੋਫਿਲ। ਹੁਣ ਇਹ ਦੋਨੋਂ ਗੱਲਾਂ ਇੱਕ ਦੂਸਰੇ ਦੇ ਓਪੋਜ਼ਿਟ ਹੋ ਗਈਆਂ ਤਾਂ ਇਹ ਕੀ ਬਣ ਗਏ? ਕੰਟਰਾਸਟਿੰਗ ਕੈਰੇਕਟਰਸ ਬਣ ਗਏ, ਹੈ ਨਾ। ਸੋ ਇਹ ਕੰਟਰਾਸਟਿੰਗ ਕੈਰੇਕਟਰਸ ਕੀ ਨੇ? ਮਤਲਬ ਇਹ ਦੋਨੋਂ ਹੀ ਕੀ ਨੇ? ਕਪਲੇਟ ਬਣ ਗਏ। ਕੀ ਬਣ ਗਏ? ਇਹ ਕਪਲੇਟ ਬਣ ਗਏ। ਇਹ ਵੀ ਇੱਕ ਲੀਡ ਹੈ ਅਤੇ ਇਹ ਵੀ ਇੱਕ ਲੀਡ ਹੈ। ਦੋ ਲੀਡ ਮਿਲ ਕੇ ਕੀ ਬਣਾ ਰਹੀਆਂ ਨੇ? ਕਪਲੇਟ। ਸੋ ਕੀ ਦੇ ਅੰਦਰ ਅਸੀਂ ਕੰਟਰਾਸਟਿੰਗ ਕੈਰੇਕਟਰਸ ਨੂੰ ਯੂਜ਼ ਕਰਕੇ ਔਰਗੈਨਿਜ਼ਮਸ ਦੀ ਆਈਡੈਂਟੀਫਿਕੇਸ਼ਨ ਕਰਦੇ ਹਾਂ, ਜਿਹਨੂੰ ਅਸੀਂ ਕੰਪੇਅਰ ਕਰ ਰਹੇ ਹਾਂ ਕਿਸੇ ਪੁਰਾਣੇ ਨਾਲ, ਬਈ ਉਹਦੇ ਨਾਲ ਪੁਰਾਣੇ ਦਾ ਆਹ ਕੈਰੇਕਟਰ ਮੈਚ ਹੁੰਦਾ ਹੁੰਦਾ ਜਾਂ ਨਹੀਂ ਹੁੰਦਾ, ਉਸ 'ਚ ਇਹ ਹੈ ਨਹੀਂ ਹੈ। ਸੋ ਇਸ ਤਰੀਕੇ ਨਾਲ ਅਸੀਂ ਕਪਲੇਟ ਦੇ ਬੇਸਿਸ ਦੇ ਉੱਪਰ ਔਰਗੈਨਿਜ਼ਮਸ ਨੂੰ ਕਲਾਸੀਫਾਈ ਕਰ ਲੈਂਦੇ ਹਾਂ। ਹੁਣ ਅਸੀਂ ਪੜ੍ਹਨ ਲੱਗੇ ਹਾਂ ਫਲੋਰਾ ਦੇ ਬਾਰੇ। ਫਲੋਰਾ ਕੀ ਹੈ? ਕਿ ਇੱਕ ਏਰੀਆ ਦੇ ਵਿੱਚ ਕਿੰਨੇ ਤਰ੍ਹਾਂ ਦੇ ਪਲਾਂਟਸ ਪ੍ਰੈਜੈਂਟ ਨੇ। ਸੋ ਇਹ ਕੀ ਹੈ? ਡਿਸਕ੍ਰਿਪਸ਼ਨ ਆਫ ਪਲਾਂਟਸ ਇਨ ਐਨ ਏਰੀਆ। ਇੱਕ ਏਰੀਆ ਦੇ ਅੰਦਰ ਕਿੰਨੇ ਤਰ੍ਹਾਂ ਦੇ ਪਲਾਂਟਸ ਪ੍ਰੈਜੈਂਟ ਨੇ, ਉਹਨਾਂ ਦੀ ਡਿਸਕ੍ਰਿਪਸ਼ਨ ਅਸੀਂ ਕੀ ਬੋਲ ਦਿੰਦੇ ਹਾਂ? ਫਲੋਰਾ। ਅਗਲੀ ਟਰਮ ਹੈ ਸਾਡੇ ਕੋਲ ਮੈਨੂਅਲ। ਮੈਨੂਅਲ ਸਾਨੂੰ ਇੱਕ ਏਰੀਆ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਸਪੀਸ਼ੀਜ਼ ਪ੍ਰੈਜੈਂਟ ਨੇ, ਚਾਹੇ ਉਹ ਇਨਸੈਕਟਸ ਨੇ, ਚਾਹੇ ਉਹ ਪਲਾਂਟਸ ਨੇ, ਚਾਹੇ ਉਹ ਐਨੀਮਲਸ ਨੇ, ਉਹਨਾਂ ਸਾਰਿਆਂ ਸਪੀਸ਼ੀਜ਼ ਦੀ ਜਦੋਂ ਇਨਫੋਰਮੇਸ਼ਨ ਸਾਨੂੰ ਕਿਸੇ ਚੀਜ਼ ਤੋਂ ਮਿਲਦੀ ਹੈ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਮੈਨੂਅਲ। ਠੀਕ ਹੈ। ਪ੍ਰੋਵਾਈਡਸ ਇਨਫੋਰਮੇਸ਼ਨ, ਆਲ ਸਪੀਸ਼ੀਜ਼ ਪ੍ਰੈਜੈਂਟ ਇਨ ਐਨ ਏਰੀਆ। ਮੋਨੋਗ੍ਰਾਫ ਇਨਫੋਰਮੇਸ਼ਨ ਦਿੰਦਾ ਕਿ ਹਾਇਰਾਰਕੀ ਦੀ ਇੱਕ ਟੈਕਸੋਨ ਦੇ ਉੱਪਰ ਕਿਸ ਤਰ੍ਹਾਂ ਦੇ ਆਰਗੇਨਿਜ਼ਮਸ ਪ੍ਰੈਜੈਂਟ ਨੇ। ਸੋ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੇ ਅਬਾਊਟ ਦ ਸਪੀਸ਼ੀਜ਼ ਪ੍ਰੈਜੈਂਟ ਇਨ ਵਨ ਟੈਕਸੋਨ, ਸੋ ਇਨਫੋਰਮੇਸ਼ਨ ਅਬਾਊਟ ਟੈਕਸੋਨ। ਲਾਸਟ ਕੈਟਾਲੋਗ ਦੇ ਵਿੱਚ ਅਸੀਂ ਔਰਗੈਨਿਜ਼ਮਸ ਨੂੰ ਉਹਨਾਂ ਦੇ ਐਲਫਾਬੈਟੀਕਲ ਆਰਡਰ ਦੇ ਵਿੱਚ ਅਰੇਂਜ ਕਰਾਂਗੇ ਅਤੇ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਸਾਨੂੰ ਥੋੜ੍ਹੀ ਥੋੜ੍ਹੀ ਡਿਸਕ੍ਰਿਪਸ਼ਨ ਵੀ ਉਹਨਾਂ ਔਰਗੈਨਿਜ਼ਮਸ ਦੀ ਦਿੱਤੀ ਹੋਊਗੀ। ਸੋ ਇੱਥੇ ਕੀ ਹੋਊਗਾ? ਐਲਫਾਬੈਟੀਕਲ ਅਰੇਂਜਮੈਂਟ ਅਲੋਂਗ ਵਿਦ ਬਰੀਫ ਡਿਸਕ੍ਰਿਪਸ਼ਨ ਆਫ ਔਰਗੈਨਿਜ਼ਮ। ਕਿਸ 'ਚ ਹੋਣਗੇ? ਅਲਫਾਬੈਟੀਕਲ ਆਰਡਰ ਦੇ ਵਿੱਚ ਹੋਣਗੇ ਵਿਦ ਬਰੀਫ ਡਿਸਕ੍ਰਿਪਸ਼ਨ। ਸੋ ਇਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ? ਕੈਟਾਲੋਗ। ਵਿਦ ਦੈਟ ਮੈਂ ਡਾਨਾ ਜੀ ਅੱਜ ਦੇ ਲੈਕਚਰ ਦੇ ਨਾਲ, ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਲੈਕਚਰ ਸਮਝ ਆਇਆ ਹੋਊਗਾ। ਜੇਕਰ ਸਟਿਲ ਤੁਹਾਨੂੰ ਕੋਈ ਕੁਐਸਚਨਸ ਨੇ ਤਾਂ ਤੁਸੀਂ ਆਪਣੇ ਕੁਐਸਚਨਸ ਜਿਹੜੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਪਾਓ ਅਤੇ ਆਪਣੇ ਡਾਊਟਸ ਨੂੰ ਕਲੀਅਰ ਕਰੋ ਅਤੇ ਪਲੀਜ਼
ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬਣੇ ਰਹੋ ਹੋਰ ਇੰਟਰਸਟਿੰਗ ਵੀਡੀਓਜ਼ ਦੇ ਲਈ ਇਸ ਚੈਨਲ ਦੇ ਨਾਲ। ਧੰਨਵਾਦ।